Like the video, subscribe to the channel and press the bell icon for latest video update. ਦਰਸ਼ਕੋ ਅਨਫੋਰਚੂਨੇਟਲੀ ਸਾਡੇ ਸਮਾਜ ਵਿੱਚ ਜਦੋਂ ਹੀ ਤੁਸੀਂ ਕੋਈ ਵੀ ਅਖਬਾਰ ਚੁੱਕੋ ਬੜਾ ਮਨ ਖਰਾਬ ਹੁੰਦਾ ਹੈਗਾ। ਜਿਹੜੇ ਰੇਪ ਅਕਸਰ ਅਸੀਂ ਸੁਣਦੇ ਹੈਗੇ ਹਾਂ, ਕਈ ਵਾਰੀ ਉਹਦਾ ਬਹੁਤ ਭਿਆਨਕ ਰੂਪ ਵੀ ਦੇਖਦੇ ਹੈਗੇ। ਪਹਿਲਾਂ ਅਨਫੋਰਚੂਨੇਟਲੀ ਲੜਕੀ ਨਾਲ ਰੇਪ ਹੁੰਦਾ ਹੈਗਾ, ਫਿਰ ਉਹਨੂੰ ਮਾਰ ਦਿੱਤਾ ਜਾਂਦਾ ਹੈਗਾ ਜਾਂ ਫਿਰ ਜਿੰਦਾ ਸਾੜ ਦਿੱਤਾ ਜਾਂਦਾ ਹੈਗਾ। ਪਿੱਛੇ ਜੇ ਤੁਹਾਨੂੰ ਪਤਾ ਹੈਦਰਾਬਾਦ 'ਚ ਵੀ ਇਸ ਤਰ੍ਹਾਂ ਦਾ ਇੰਸੀਡੈਂਟ ਹੋਇਆ, ਬਾਅਦ ਵਿੱਚ ਪੁਲਿਸ ਨੇ ਵੀ ਉਹਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ। ਯੂਪੀ ਵਿੱਚ ਵੀ ਹੋਇਆ ਹੈਗਾ ਰੀਸੈਂਟਲੀ, ਜਦੋਂ ਲੜਕੀ ਵਿਟਨੈਸ ਲਈ ਜਾ ਰਹੀ ਸੀ ਉਦੋਂ ਜਾਂ ਕਿਸ ਤਰ੍ਹਾਂ ਉਹਨੂੰ ਜਿੰਦਾ ਸਾੜਿਆ ਗਿਆ ਹੈਗਾ। ਇਹ ਘਟਨਾਕ੍ਰਮ ਕੀ ਹੈਗਾ, ਇਹਦੇ ਲਈ ਕੀ ਕੁਛ ਅਵੇਅਰਨੈਸ ਚਾਹੀਦੀ, ਸਰਕਾਰ ਨੂੰ ਕਿੱਦਾਂ ਦੇ ਕਾਨੂੰਨ ਬਣਾਉਣੇ ਚਾਹੀਦੇ ਹੈਗੇ, ਸਾਰੇ ਅਸੀਂ ਇਹਦੇ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਨੇ ਡਾਕਟਰ ਸਵਰਨਜੀਤ ਕੌਰ ਗਰੇਵਾਲ ਔਰ ਡਾਕਟਰ ਪਰਮਵੀਰ ਕੌਰ ਦੀਰਾ। ਇਹ ਦੋਨੋਂ ਬੜੀਆਂ ਮਤਲਬ ਮਾਰਸ਼ਲ ਲੇਡੀਜ਼ ਹੈਗੇ, ਬੜੇ ਅੱਛੇ ਵਿਚਾਰ ਹੈਗੇ, ਇਹਨਾਂ ਨਾਲ ਮੁਲਾਕਾਤ ਕਰਾਉਂਦੇ ਹਾਂ। ਡਾਕਟਰ ਸਵਰਨਜੀਤ ਕੌਰ ਗਰੇਵਾਲ ਜੀ, ਹੈਦਰਾਬਾਦ ਦਾ ਤੁਹਾਨੂੰ ਘਟਨਾਕ੍ਰਮ ਬਾਰੇ ਪਤਾ ਹੈਗਾ, ਹਾਂਜੀ, ਬੜਾ ਮਾੜਾ ਹੋਇਆ ਹੈਗਾ, ਪਰ ਜਿਹੜਾ ਉਹਦੇ ਵਿੱਚ ਪੁਲਿਸ ਨੇ ਇਨਕਾਊਂਟਰ ਕੀਤੇ ਹੈਗੇ ਆ, ਬੜੇ ਲੋਕਾਂ ਨੇ ਭੰਗੜੇ ਪਾਏ ਹੈਗੇ, ਲੱਡੂ ਵੀ ਵੰਡੇ ਹੈਗੇ, ਉਹਦੇ ਬਾਰੇ ਤੁਹਾਡਾ ਕੀ ਘਟਨਾ ਰਿਐਕਸ਼ਨ ਹੈਗਾ? ਸਭ ਤੋਂ ਪਹਿਲਾਂ ਤਾਂ ਮੈਂ ਗ੍ਰੈਂਡ ਪੰਜਾਬ ਟੀਵੀ ਦੀ ਧੰਨਵਾਦੀ ਹਾਂ ਕਿ ਉਹਨਾਂ ਨੇ ਮੇਰੇ ਵਿਚਾਰ ਲੈਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਮੈਂ ਇਹ ਕਹਿਣਾ ਚਾਹਾਂਗੀ ਕਿ ਜੇ ਅਸੀਂ ਇਸ ਤਰ੍ਹਾਂ ਦੇ ਗੱਲਾਂ ਦੇ ਵਿੱਚ ਖੁਸ਼ੀ ਮਨਾਉਂਦੇ ਹਾਂ ਤਾਂ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਕੀ ਅਸੀਂ ਇੰਨੇ ਇਮਾਨਦਾਰੀ ਨਾਲ ਕਹਿ ਸਕਦੇ ਹਾਂ ਕਿ ਉਹ ਜਿਹੜੀ ਪੁਲਿਸ ਨੇ ਮੁਕਾਬਲੇ ਦੇ ਵਿੱਚ ਉਹਨਾਂ ਲੋਕਾਂ ਨੂੰ ਢੇਰ ਕੀਤਾ ਕਿ ਉਹ ਸਹੀ ਸਨ। ਮੇਰੇ ਵਿਚਾਰ ਦੇ ਵਿੱਚ ਤਾਂ ਇਹ ਕਦੇ ਵੀ ਸਹੀ ਨਹੀਂ ਹੋ ਸਕਦਾ ਕਿਉਂਕਿ ਇੰਨੀ ਛੇਤੀ ਜਿਹੜੀ ਪੁਲਿਸ ਹੈ ਉਹ ਇੰਨਾ ਵਧੀਆ ਤਰੀਕੇ ਨਾਲ ਅੰਜਾਮ 'ਤੇ ਪਹੁੰਚਾਓਗੀ ਕਿਸੇ ਚੀਜ਼ ਨੂੰ, ਅਜੇ ਤੱਕ ਸਾਡੇ ਦੇਸ਼ 'ਚ ਹੋਇਆ ਨਹੀਂ, ਵਾਪਰਿਆ ਨਹੀਂ। ਅਤੇ ਦੂਸਰੀ ਗੱਲ ਇਹ ਹੈ ਕਿ ਜਿਹੜੀ ਚੀਜ਼ ਹੈਗੀ ਆ ਕਿ ਫਿਰ ਜੇ ਪੁਲਿਸ ਨੇ ਇਹ ਮੁਕਾਬਲੇ ਕਰਨੇ ਆ ਜਾਂ ਇਸ ਤਰ੍ਹਾਂ ਦੇ ਅੰਜਾਮ ਦੇਣਾ ਇਹਨਾਂ ਘਟਨਾਵਾਂ ਨੂੰ ਤਾਂ ਫਿਰ ਜੁਡੀਸ਼ਰੀ ਦੀ ਲੋੜ ਕੀ ਹੈ ਸਾਡੇ ਦੇਸ਼ ਦੇ ਵਿੱਚ? ਤਾਂ ਜੁਡੀਸ਼ਰੀ ਜਿਹੜੀ ਆ ਉਹ ਕਲੋਜ਼ ਕਰ ਦੇਣੀ ਚਾਹੀਦੀ ਹੈ। ਸਾਨੂੰ ਇਹ ਸੋਚਣਾ ਪਏਗਾ ਕਿ ਕਿੱਥੇ ਚੀਜ਼ ਸਹੀ ਹੈ ਕਿੱਥੇ ਗਲਤ ਹੈ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਇਹ ਚੀਜ਼ ਸਹੀ ਹੋਈ ਹੈ ਕਿਉਂਕਿ ਹਰੇਕ ਚੀਜ਼ ਦਾ ਕੋਈ ਨਾ ਕੋਈ ਪ੍ਰੋਸੈਸ ਹੁੰਦਾ ਆਫਟਰ ਆਲ, ਤਾਂ ਹੌਲੀ ਹੌਲੀ ਪਤਾ ਲੱਗਦਾ ਕਿ ਤੱਥ ਕੀ ਹੈ, ਸਹੀ ਚੀਜ਼ ਕੀ ਹੈ, ਸਹੀ ਲੋਕ ਵਿਕਟਿਮ ਜਿਹੜੇ ਹੋਏ ਉਹ ਵੀ ਕਿਹੜੇ ਸੀ ਅਤੇ ਜਿਨ੍ਹਾਂ ਨੇ ਇਹ ਕੰਮ ਕੀਤਾ ਗਲਤ ਉਹ ਕਿਹੜੇ ਦੋਸ਼ੀ ਸਨ, ਤਾਂ ਇੰਨੀ ਛੇਤੀ ਦੋਸ਼ੀਆਂ ਦੀ ਪਛਾਣ ਕਿਵੇਂ ਹੋ ਸਕਦੀ ਹੈ? ਤਾਂ ਮੇਰੇ ਹਿਸਾਬ ਨਾਲ ਇਹ ਸਹੀ ਨਹੀਂ ਹੋਇਆ। ਮੰਨ ਲਓ ਇਹ ਆਈਡੈਂਟੀਫਾਈ ਪੁਲਿਸ ਕਰ ਲੈਂਦੀ, ਹਾਂਜੀ, ਵੀ ਇਹੋ ਜੈਨੂਇਨ ਬੰਦੇ ਜਿਹੜੇ ਵਾਕਈ ਇਹੋ ਇੰਨੇ ਭਿਆਨਕ ਕ੍ਰਾਈਮ ਵਿੱਚ ਸ਼ਾਮਲ ਹੈਗੇ, ਹਾਂਜੀ, ਫਿਰ ਅਗਲਾ ਪ੍ਰੋਸੈਸ ਕੀ ਹੋਣਾ ਚਾਹੀਦਾ? ਅਗਲਾ ਪ੍ਰੋਸੈਸ ਤਾਂ ਇਹ ਹੋਣਾ ਚਾਹੀਦਾ ਸੀ ਕਿ ਉਹਨਾਂ ਨੂੰ ਕੋਰਟ ਦੇ ਰਾਹੀਂ ਜਿਵੇਂ ਕੇਸ ਚੱਲਦਾ ਹੈ ਉਹਦੇ ਅਧੀਨ ਹੀ ਸਾਰਾ ਕੁਝ ਬਣਨਾ ਚਾਹੀਦਾ ਸੀ ਕਿਉਂਕਿ ਕੋਰਟਾਂ ਕਾਹਦੇ ਵਾਸਤੇ ਬਣੀਆਂ ਨੇ ਸਾਡੇ ਦੇਸ਼ ਦੇ ਵਿੱਚ? ਅਨਫੋਰਚੂਨੇਟਲੀ ਜਿਹੜੇ ਸਾਡੇ ਲਾ ਆ, ਲਾ ਸਖਤ ਆ ਨਿਰਭੈ ਕਾਂਡ ਤੋਂ ਬਾਅਦ ਬਣੇ ਹੈਗੇ ਆ, ਉਹ ਵੀ ਅਜੇ ਤਾਈਂ 7 ਸਾਲ ਹੋ ਗਏ ਹੈਗੇ ਆ, ਉਹ ਵੀ ਜਿਹੜਾ ਹੈਗਾ ਲੋਕਾਂ ਨੂੰ ਇਹ ਲੱਗਦਾ ਹੈਗਾ ਵੀ ਬਹੁਤ ਲੰਬਾ ਪ੍ਰੋਸੈਸ ਹੈ, ਪਤਾ ਨਹੀਂ ਇਹਦੇ ਬਾਰੇ ਕੀ ਵਿਚਾਰ? ਹਾਂ, ਮੇਰਾ ਵਿਚਾਰ ਇਹ ਹੈ ਕਿ ਇਹ ਜਿਹੜੇ ਪ੍ਰੋਸੈਸ ਹੈਗੇ ਆ ਬਹੁਤ ਲੰਬੇ ਹੈਗੇ ਨੇ, ਤਾਂ ਇਹਦੇ ਵਾਸਤੇ ਸਾਨੂੰ ਆਪ ਨੂੰ ਹੀ ਜਾਗਰੂਕ ਹੋਣਾ ਪੈਣਾ। ਆਪ ਨੂੰ ਜਾਗਰੂਕ ਹੁੰਦਿਆਂ ਸਮਾਜ ਦੇ ਵਿੱਚ ਜਿੰਨੀਆਂ ਵੀ ਬੱਚੀਆਂ ਹੈਗੀਆਂ, ਸਮਾਜ ਨੂੰ ਇਹ ਚਾਹੀਦਾ ਕਿ ਬੱਚੀਆਂ ਅਤੇ ਬੱਚਿਆਂ ਦੇ ਵਿੱਚ, ਮੁੰਡਿਆਂ ਅਤੇ ਕੁੜੀਆਂ ਦੇ ਵਿੱਚ ਪਹਿਲੀ ਗੱਲ ਤਾਂ ਕੋਈ ਭਿੰਨ ਭੇਦ ਨਾ ਕੀਤਾ ਜਾਵੇ, ਉਹਨਾਂ ਦੀ ਪਰਵਰਿਸ਼ ਹੀ ਇੰਨੀ ਵਧੀਆ ਤਰੀਕੇ ਨਾਲ ਕੀਤੀ ਜਾਵੇ ਕਿ ਕੁੜੀਆਂ ਨੂੰ ਆਤਮ ਨਿਰਭਰ ਬਣਾਇਆ ਜਾਵੇ, ਉਹਨਾਂ ਨੂੰ ਬਚਪਨ ਤੋਂ ਹੀ ਇੰਨੀ ਮਜ਼ਬੂਤੀ ਨਾਲ ਪਾਲਣਾ ਪੋਸ਼ਣਾ ਦਿੱਤੀ ਜਾਵੇ ਕਿ ਉਹ ਮੁੰਡਿਆਂ ਦੇ ਮੁਕਾਬਲੇ ਪਹਿਲਾਂ ਤੋਂ ਹੀ ਆਪਣੇ ਆਪ ਨੂੰ ਮਜ਼ਬੂਤ ਰੱਖਣ। ਜੂਡੋ ਕਰਾਟੇ ਦੀ ਸਿੱਖਿਆ ਦੇਣਾ ਹਰੇਕ ਬੱਚੀ ਦੇ ਲਈ ਹੋਣਾ ਚਾਹੀਦਾ, ਠੀਕ ਆ, ਹਰੇਕ ਬੱਚੀ ਨੂੰ ਸਕੂਲ ਦੇ ਵਿੱਚ ਜੂਡੋ ਕਰਾਟੇ ਦੀ ਸਿੱਖਿਆ ਮਿਲਣੀ ਚਾਹੀਦੀ ਹੈ, ਉਹਨਾਂ ਨੂੰ ਮਾਰਸ਼ਲ ਆਰਟ ਦੇਣਾ ਚਾਹੀਦਾ, ਮਾਰਸ਼ਲ ਆਰਟ ਸਿੱਖਣਗੀਆਂ ਕੁੜੀਆਂ ਆਪਣੇ ਆਪ 'ਚ ਨਿਰਭਰ ਹੋਣਗੀਆਂ ਅਤੇ ਕਿਸੇ ਦੀ ਜ਼ਰੂਰਤ ਹੀ ਨਹੀਂ ਹੋਏਗੀ, ਤਾਂ ਉਹਨਾਂ ਨੂੰ ਫਿਰ ਇਹ ਜਿਹੜੇ ਹਥਿਆਰ ਨੇ, ਆਮ ਤੌਰ 'ਤੇ ਲੋਕਾਂ ਨੂੰ ਹਥਿਆਰ ਦਿੱਤੇ ਜਾਂਦੇ ਜਿਵੇਂ ਆਪਣੇ ਹੈਗੇ ਆ ਸਰਕਾਰੀ ਕਰਮਚਾਰੀ ਹੈਗੇ ਆ ਜਾਂ ਕੋਈ ਹੋਰ ਹੈਗੇ ਜਿਹਨਾਂ ਨੂੰ ਬੜੇ ਸਸਤੇ ਰੇਟ 'ਤੇ ਦਿੱਤੇ ਜਾਂਦੇ ਆ, ਤਾਂ ਮੈਂ ਚਾਹਾਂਗੀ ਕਿ ਸਰਕਾਰ ਨੂੰ ਇਹ ਨਿਯਮ ਬਣਾ ਦੇਣਾ ਚਾਹੀਦਾ ਕਿ ਕੁੜੀਆਂ ਨੂੰ ਆਪਣੀ ਸੁਰੱਖਿਆ ਵਾਸਤੇ ਜਿਹੜੇ ਹਥਿਆਰ ਨੇ, ਪਿਸਟਲ ਵਗੈਰਾ ਨੇ, ਉਹ ਵੀ ਸਸਤੇ ਰੇਟਾਂ 'ਤੇ ਦੇਣੇ ਚਾਹੀਦੇ। ਬਹੁਤ ਅੱਛੀ ਗੱਲ। ਚਲੋ ਮੈਡਮ ਪਰਮਵੀਰ ਜੀ, ਤੁਸੀਂ ਦੱਸੋ ਕਿ ਪਹਿਲਾਂ ਹੈਦਰਾਬਾਦ ਵਾਲਾ ਜਿਹੜਾ ਇੰਸੀਡੈਂਟ ਹੋਇਆ ਘਟਨਾਕ੍ਰਮ, ਉਹਦੇ ਬਾਰੇ ਕੀ ਰਿਐਕਸ਼ਨ ਹੈਗਾ ਤੁਹਾਡਾ? ਕੀ
ਜਿਹੜਾ ਹੈਦਰਾਬਾਦ ਦੇ ਵਿੱਚ ਘਟਨਾ ਵਾਪਰੀ ਆ, ਇੱਕ ਵੈਟਨਰੀ ਡਾਕਟਰ ਦੇ ਨਾਲ ਬੇਟੀ ਪ੍ਰਿਅੰਕਾ ਰੈਡੀ ਜਿਹੜੀ ਸੀਗੀ, ਬਹੁਤ ਹੀ ਦਿਲ ਕੰਬਾਊ ਘਟਨਾ ਅਤੇ ਅਤ ਨਿੰਦਣ ਯੋਗ, ਜੇ ਕਹਿ ਲਈਏ ਕਿ ਸਾਡੇ ਦੇਸ਼ ਦੇ ਮੱਥੇ 'ਤੇ ਇੱਕ ਕਲੰਕ ਹੈ ਅਤੇ ਇਹ ਜਿਹੜੀ ਸਾਡੇ ਦੇਸ਼ ਨੂੰ ਚਲਾ ਰਹੀਆਂ ਸਰਕਾਰਾਂ ਨੇ ਉਹਨਾਂ ਦੇ ਵੀ ਜੇ ਕਰੀਏ ਕਿ ਇੱਕ ਅਕਸ ਦੇ ਉੱਪਰ ਇੱਕ ਸਵਾਲੀਆ ਨਿਸ਼ਾਨ ਆ ਪੂਰੀ ਦੁਨੀਆ ਦਾ, ਤਾਂ ਕੋਈ ਅਤਕਥਨੀ ਨਹੀਂ ਹੋਏਗੀ। ਇਹ ਕੋਈ ਨਵੀਂ ਘਟਨਾ ਨਹੀਂ, ਇਸ ਤੋਂ ਪਹਿਲਾਂ ਹਜ਼ਾਰਾਂ ਬਹੁਤ ਘਟਨਾ ਅਨੇਕਾਂ ਹੀ ਘਟਨਾਵਾਂ ਜਿਹੜੀਆਂ ਵਾਪਰ ਚੁੱਕੀਆਂ ਨੇ। ਜੇ ਨਿਰਭਇਆ ਕਾਂਡ ਅਸੀਂ ਦਿੱਲੀ ਦੇ ਵਿੱਚ ਹੁੰਦਾ 2012 ਦੇ ਵਿੱਚ, ਅਤੇ ਉਸ ਤੋਂ ਬਾਅਦ ਜਿਹੜੇ ਹੈਗੇ ਸਖ਼ਤ ਕਾਨੂੰਨ ਵੀ ਜਿਹੜੇ ਉਹ ਬਣਾਏ ਜਾਂਦੇ ਨੇ, ਪਰ ਜਿਹੜੇ ਹਾਲਾਤ ਨੇ ਉਹ ਫਿਰ ਬਦਤਰ ਹੋ ਗਏ ਬਿਹਤਰ ਹੋਣ ਦੀ ਬਜਾਏ। ਇਹਦੇ ਪਿੱਛੇ ਮੇਨ ਕਾਰਨ ਤਾਂ ਮੈਂ ਸਮਝਦੀ ਹਾਂ ਕਿ ਜੇ ਤੁਸੀਂ ਥੋੜ੍ਹੀ ਜਿਹੀ ਇਜਾਜ਼ਤ ਦਿਓ ਤਾਂ ਮੈਂ ਇਹਦੇ 'ਤੇ ਥੋੜ੍ਹਾ ਆਪਣਾ ਬੜਾ ਨਿਰਪੱਖ ਹੋ ਕੇ ਵਿਚਾਰ ਰੱਖ ਸਕਾਂ। ਤੁਸੀਂ ਖੁੱਲ ਕੇ ਆਪਣਾ ਵਿਚਾਰ ਰੱਖੋ, ਕੋਈ ਪ੍ਰੋਬਲਮ। ਇਹਦੇ ਵਿੱਚ ਕਿਤੇ ਨਾ ਕਿਤੇ ਪੋਲਿਟਿਕਸ ਵੀ ਸ਼ਾਮਲ ਹੈ, ਪੋਲਿਟਿਕਸ ਸ਼ਾਮਲ ਹੈ, ਕਿਤੇ ਨਾ ਕਿਤੇ ਨਹੀਂ ਕਹਿ ਸਕਦੇ ਅਸੀਂ ਪੂਰੀ ਤਰ੍ਹਾਂ ਇਨਵੋਲਵ ਹੈ। ਮੈਂ ਇੱਕ ਤੁਹਾਨੂੰ ਛੋਟੀ ਜਿਹੀ ਉਦਾਹਰਨ ਦਿੰਦੀ ਹਾਂ ਕਿ 2011-12 ਦੀ ਗੱਲ ਹੈ ਕਿ ਮੈਂ ਇੱਕ ਪੁਲਿਸ ਅਫਸਰ ਦੇ ਨਾਲ, ਆਲਾ ਪੁਲਿਸ ਅਫਸਰ ਦੇ ਨਾਲ ਮੈਂ ਉੱਥੇ ਜਿਹੜਾ ਹੈਗਾ ਜੇਲ੍ਹ ਦੇਖਣ ਗਈ। ਅੱਛਾ। ਮੈਂ ਕੁਛ ਲਿਖਣਾ ਸੀ ਅਤੇ ਮੈਨੂੰ ਜਿਹੜੇ ਫਾਈਂਡ ਫੈਕਟਸ ਪ੍ਰੋਸੀਜਰ ਚੱਲ ਰਿਹਾ ਸੀ ਅਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਜੇਲ੍ਹ ਦਿਖਾਓ ਅਤੇ ਮੈਂ ਦੇਖਣਾ ਚਾਹੁੰਦੀ ਹਾਂ ਵੀ ਉੱਥੇ ਕਿਸ ਤਰ੍ਹਾਂ ਜਿਹੜੇ ਕ੍ਰਿਮੀਨਲ ਨੇ ਉਹ ਰਹਿੰਦੇ ਨੇ। ਅਤੇ ਜਦੋਂ ਮੈਂ ਉੱਥੇ ਦੇਖਿਆ ਤਾਂ ਬੜੀ ਬੁਰੀ ਹਾਲਤ ਦੇ ਵਿੱਚ, ਜਿੱਦਾਂ ਭੇਡਾਂ ਬੱਕਰੀਆਂ ਵਾਂਗੂ ਉੱਥੇ ਤੁੰਨੇ ਹੋਏ ਸੀਗੇ ਇੱਕ ਕਮਰੇ ਦੇ ਵਿੱਚ, ਅਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਇਹ ਜਿਹੜੇ ਵਿਚਾਰੇ ਇਹਨਾਂ ਦਾ, ਮੇਰੇ ਮੂੰਹ ਸੁਭਾਵਕ ਹੀ ਨਿਕਲ ਗਿਆ ਕਿ ਵੀ ਇਹਨਾਂ ਨੂੰ ਰੋਟੀ ਪਾਣੀ ਮਿਲ ਜਾਂਦਾ ਅਤੇ ਇਹਨਾਂ ਨੂੰ ਕੀ ਲੋੜ ਹੈ, ਹੈ ਨਾ। ਜਿਹੜਾ ਉਹਨਾਂ ਨੇ ਉੱਥੇ ਤੋਂ ਚੁੱਪ ਕਰ ਰਹੇ ਅਤੇ ਘਰ ਆ ਕੇ ਉਹਨਾਂ ਨੇ ਜਦੋਂ ਆਪਣੀ ਯੂਨੀਫਾਰਮ ਉਤਾਰੀ ਅਤੇ ਫਿਰ ਚੇਅਰ 'ਤੇ ਬੈਠ ਕੇ ਕਹਿੰਦੇ ਬੇਟਾ ਹੁਣ ਮੈਂ ਤੇਰੇ ਸਵਾਲਾਂ ਦਾ ਜਵਾਬ ਦੇ ਸਕਦਾ, ਕਿਉਂਕਿ ਉਸ ਵੇਲੇ ਮੈਂ ਡਿਊਟੀ 'ਤੇ ਸੀ ਅਤੇ ਮੈਂ ਇੱਕ ਡਿਸਿਪਲਿਨ ਦੇ ਵਿੱਚ ਸੀ ਅਤੇ ਇਸ ਕਰਕੇ ਮੈਂ ਉਹ ਸਵਾਲਾਂ ਦਾ ਜਵਾਬ ਨਹੀਂ ਦੇ ਸਕਦਾ ਸੀ, ਹੁਣ ਮੈਂ ਦੇ ਸਕਦਾ। ਕਹਿੰਦੇ ਕਿ ਵੀ ਨਹੀਂ, ਤੂੰ ਗਲਤ ਸੋਚਿਆ ਇਹਨਾਂ ਬਾਰੇ ਕਿ ਇਹਨਾਂ ਨੂੰ ਰੋਟੀ ਪਾਣੀ ਮਿਲ ਜਾਂਦਾ ਆਰਾਮ ਨਾਲ ਅਤੇ ਇਹਨਾਂ ਨੂੰ ਕੀ ਚਾਹੀਦਾ, ਪਰ ਇਹਨਾਂ ਇਹ ਤਾਂ ਪੋਲੀਟੀਸ਼ੀਅਨਸ ਦੀ ਥੋਕ ਦਾ ਮਾਲ ਨੇ। ਅਤੇ ਉਦੋਂ ਮੈਨੂੰ ਸਮਝਣ 'ਚ ਦੇਰ ਲੱਗੀ ਅਤੇ ਜਦੋਂ ਆ ਵਾਪਰ ਰਹੀਆਂ, ਜਿਵੇਂ ਹੁਣ ਆ ਰੀਸੈਂਟਲੀ ਜਿਹੜਾ ਹੈਦਰਾਬਾਦ ਵਾਲਾ ਹੋਇਆ ਆ, ਉਹ ਐਨਕਾਊਂਟਰ ਹੋਇਆ, ਸਾਨੂੰ ਬਹੁਤ ਜ਼ਿਆਦਾ ਦੁੱਖ ਹੈ ਕਿ ਇੱਕ ਵੈਟਨਰੀ ਡਾਕਟਰ, ਇੱਕ ਜਿਹੜੀ ਸਮਾਜ ਨੂੰ ਕੁਛ ਦੇਣ ਵਾਲੀ ਜਿਹੜੀ ਇੱਕ ਧੀ ਸੀਗੀ, ਉਹਦੇ ਨਾਲ ਬਹੁਤ ਬੁਰਾ ਹੋਇਆ, ਮਤਲਬ ਦਰਿੰਦਗੀ ਹੋਈ, ਉਹਦੀ ਅਸਮਤ ਦੇ ਫੰਬੇ ਉੱਡੇ, ਫਿਰ ਉਹਨੂੰ ਬੜਾ ਜਿਹੜਾ ਹੈਗਾ ਬਹੁਤ ਹੀ ਘਿਨੌਣੀ ਮੌਤ ਦਿੱਤੀ ਗਈ ਆ। ਇਹ ਸਭ ਕੁਛ ਅਤਨਿੰਦਣ ਯੋਗ ਆ। ਅਤੇ ਮੈਂ ਇੱਥੇ ਇਹ ਵੀ ਕਹਿਣਾ ਚਾਹੂੰਗੀ ਕਿ ਜੇਕਰ ਪੁਲਿਸ ਨੇ ਇਸ ਤਰ੍ਹਾਂ ਮਾਰੇ, ਜੇਕਰ ਉਹ ਸੱਚਮੁੱਚ ਹੀ ਉਹ ਕ੍ਰਿਮੀਨਲ ਸੀਗੇ, ਜੇ ਉਹ ਦੋਸ਼ੀ ਸੀਗੇ, ਜੇ ਉਹ ਰੇਪਿਸਟ ਸੀਗੇ, ਫਿਰ ਤਾਂ ਜੇਕਰ ਪੁਲਿਸ ਨੇ ਮਾਰੇ ਤਾਂ ਖੁਸ਼ੀ ਮਨਾਉਣ 'ਚ ਕੋਈ ਹਰਜ ਨਹੀਂ ਹੈ, ਕਿਉਂਕਿ ਲੋਕਾਂ ਨੂੰ ਜਿਵੇਂ ਕਹਿੰਦੇ ਨਾ ਤਪਦੇ ਹਿਰਦਿਆਂ 'ਤੇ ਕਿਤੇ ਪਾਣੀ ਦੇ ਛੱਟੇ ਪੈਣ ਵਾਲੀ ਗੱਲ ਇਹ ਕਰ ਸਕਦੇ ਹਾਂ, ਪਰ ਅਜਿਹਾ ਮੈਨੂੰ ਨਹੀਂ ਲੱਗਦਾ ਕਿ ਅਜਿਹਾ ਹੋਊਗਾ, ਕਿਉਂਕਿ ਜਿਹੜਾ ਸਾਰਾ ਪ੍ਰੋਸੀਜਰ ਫਾਈਂਡ ਫੈਕਟਸ ਪ੍ਰੋਸੀਜਰ ਜਿਹੜਾ ਚੱਲਦਾ ਹੈ, ਜਿਹੜੇ ਤੱਥ ਲਿਆਉਣੇ ਸੀ ਸਾਹਮਣੇ, ਕੀ ਉਹ ਪੁਲਿਸ ਲੈ ਆਈ ਸੀ? ਇਹ ਸ਼ੋਰਟ ਪੀਰੀਅਡ ਦੇ ਵਿੱਚ ਇੰਨੀ ਜਲਦੀ ਪੁਲਿਸ ਨੇ ਕਿੱਦਾਂ ਪਹਿਚਾਣ ਕਰ ਲਈ ਕਿ ਉਹ ਜਿਹੜੇ ਇਹੀ ਰੇਪਿਸਟ ਸੀਗੇ? ਫਿਰ ਦੇਖੋ ਕਹਾਣੀ ਕੀ ਬਣਾਈ ਜਾਂਦੀ ਹੈ ਕਿ ਉਹ ਚਾਰੋ ਜਿਹੜੇ ਮਾਰੇ ਨੇ, ਐਨਕਾਊਂਟਰ ਕੀਤਾ ਗਿਆ, ਫਿਲਹਾਲ ਮੈਨੂੰ ਲੱਗਦਾ ਵੀ ਉਹਨੂੰ ਸਹੀ ਐਨਕਾਊਂਟਰ ਮੰਨਣਾ ਸਹੀ ਨਹੀਂ ਹੋਏਗਾ, ਮੇਰੇ ਹਿਸਾਬ ਨਾਲ ਉਹ ਇੱਕ ਸੋਚੀ ਸਮਝੀ ਚਾਲ ਸੀ, ਸਾਜਿਸ਼ ਦੇ ਤਹਿਤ ਲੱਗਦਾ ਵੀ ਜੋ ਕੁਛ ਦੇਖਿਆ ਵੀਡੀਓਜ਼ ਦੇ ਵਿੱਚ ਕਿ TV ਦੇ ਉੱਪਰ ਕਿਸ ਤਰ੍ਹਾਂ ਉਹਨਾਂ ਨੂੰ ਮਾਰਿਆ ਜਾਂਦਾ, ਕਿ ਇਹ ਬਣਾਈ ਜਾਂਦੀ ਕਹਾਣੀ ਕਿ ਉਹਨਾਂ ਨੇ ਸਾਡੇ ਤੋਂ, ਪੁਲਿਸ ਦੇ ਜਿਹੜੇ ਕਰਮਚਾਰੀ ਸੀ ਉਹਨਾਂ ਤੋਂ ਖੋਣ ਦੀ ਕੋਸ਼ਿਸ਼ ਕੀਤੀ। ਇਹ ਤਾਂ ਐਵੇਂ ਹੇਅਰ ਸੇ, ਚਲੋ ਆਪਾਂ ਬਾਅਦ 'ਚ ਗੱਲ ਕਰਦੇ। ਇੱਕ ਮੈਨੂੰ ਹੋਰ ਦੱਸੋ ਗਰੇਵਾਲ ਮੈਡਮ ਜੀ, ਇਹ ਅਕਸਰ ਜਦੋਂ ਕੋਈ ਕ੍ਰਿਮੀਨਲ, ਪਤਾ ਨਹੀਂ ਉਹ ਕ੍ਰਿਮੀਨਲ ਹੈ ਵੀ ਜਾਂ ਨਹੀਂ ਆ, ਕੋਈ ਪੁਲਿਸ ਫੜਦੀ ਹੈਗੀ ਆ, ਉਹ ਕਈ ਵਾਰੀ ਪ੍ਰੈਸ਼ਰ ਥੱਲੇ ਉਹਨਾਂ ਦੀ ਮੂੰਹ ਵਗੈਰਾ ਬੰਦ ਕਰਕੇ ਸਟੇਟਮੈਂਟ ਦਵਾਉਂਦੀ ਆ ਪ੍ਰੈਸ਼ਰ ਥੱਲੇ, ਪਿਆ ਜੀ ਮੈਂ ਇੱਦਾਂ ਕੀਤਾ, ਜੇ ਕੀਤਾ, ਵੋ ਕੀਤਾ, ਇਜ਼ ਇਟ ਰਾਈਟ? ਨਹੀਂ,
ਕਾਰਨ ਇਹ ਹੈ ਕਿ ਜਿਹੜੇ ਉਹਨਾਂ ਦੇ ਮੂੰਹ ਬੰਨੇ ਹੁੰਦੇ ਆ ਉਹਨਾਂ ਤੋਂ ਉਹਨਾਂ ਦੀ ਆਇਡੈਂਟੀ ਲੋਕਾਂ ਨੂੰ ਪਤਾ ਹੀ ਨਹੀਂ ਲੱਗਦੀ ਕਿ ਉਹ ਸਹੀ ਹੈ ਜਾਂ ਗਲਤ ਹੈ। ਤਾਂ ਪੁਲਿਸ ਨੇ ਇੱਕ ਆਪਣਾ, ਕਿਉਂਕਿ ਉਹਨਾਂ ਦੇ ਉੱਤੇ ਪ੍ਰੈਸ਼ਰ ਹੁੰਦਾ ਪੁਲਿਸ ਤੇ, ਪੁਲਿਸ ਉਸ ਪ੍ਰੈਸ਼ਰ ਦੇ ਅਧੀਨ ਆਪਣੇ ਵੱਲੋਂ ਸੱਚੀ ਹੋ ਜਾਂਦੀ ਆ ਉਹਨਾਂ ਲੋਕਾਂ ਤੋਂ ਮੂੰਹ ਵਗੈਰਾ ਬੰਨ ਕੇ ਉਹਨਾਂ ਦੇ ਵੀ ਅਸੀਂ ਇਹ ਬੰਦੇ ਫੜ ਲਏ, ਜਦੋਂ ਕਿ ਹੁੰਦਾ ਇਸ ਦੇ ਬਿਲਕੁਲ ਉਲਟ ਹੈ ਕਿ ਉਹ ਵਿਚਾਰੇ ਇਨੋਸੈਂਟ ਹੁੰਦੇ, ਨਾਦਾਨ ਹੁੰਦੇ, ਉਹਨਾਂ ਨੂੰ ਪਤਾ ਕੁਛ ਨਹੀਂ ਹੁੰਦਾ, ਪਤਾ ਨਹੀਂ ਕਿੱਥੋਂ ਚੱਕ ਕੇ ਕਿੱਥੇ ਲਾ ਦਿੰਦੇ। ਜਿਵੇਂ ਹੁਣ ਬਰਗਾੜੀ ਕਾਂਡ ਦੇ ਵਿੱਚ ਵੀ ਤਾਂ ਆਪਾਂ ਦੇਖਿਆ ਹੀ ਆ ਕੀ ਹੋਇਆ, ਉਹ ਇਹਨਾਂ ਨੇ ਦੱਸੇ ਸੀ ਕਿ ਆਹ ਬੰਦੇ ਫੜ ਲਏ, ਕਿਹੜੇ ਬੰਦੇ ਫੜੇ ਸੀ ਤੇ ਕਿਹੜੇ ਹੋ ਗਏ ਸੀਗੇ। ਤਾਂ ਹੁਣ ਕਿਤੇ ਮੋਨੇ ਬੰਦੇ ਹੁੰਦੇ ਆ ਤੇ ਉੱਥੇ ਸਿੱਖ ਕਹਿ ਦਿੰਦੇ ਜੀ ਸਿੱਖ ਬੰਦੇ ਫੜੇ, ਰਾਤੋਂ ਰਾਤ ਉਹਨਾਂ ਦੇ ਪੱਗ ਦਾੜੀਆਂ ਵੀ ਆ ਜਾਂਦੀਆਂ ਨੇ। ਤੇ ਸੋ ਇਹ ਮੈਂ ਨਹੀਂ ਮੰਨਦੀ ਕਿ ਜਿਹੜੇ ਸਹੀ ਬੰਦੇ ਆ ਉਹਨਾਂ ਨੂੰ ਪੇਸ਼ ਕੀਤਾ ਜਾਂਦਾ। ਬਰਗਾੜੀ ਕਾਂਡ ਬਾਰੇ ਵੀ ਤੁਸੀਂ ਦੱਸੋ ਆਪਣੇ ਪਰਮਵੀਰ। ਇਹਦੇ ਵਿੱਚ ਨਾ ਇੱਕ ਮੈਂ ਇਹਨਾਂ ਦੀ ਡਾਕਟਰ ਗਰੇਵਾਲ ਦੀ ਗੱਲ ਦੇ ਨਾਲ ਹੀ ਗੱਲ ਜੋੜਦੀ ਹਾਂ। ਹਾਂਜੀ, ਇਹਦੇ ਵਿੱਚ ਜਿੰਨੀ ਕੁ ਮਤਲਬ ਮੈਂ ਜਾਣਕਾਰੀ ਇਕੱਠੀ ਕੀਤੀ ਸੀ ਉਹਨਾਂ ਦਿਨਾਂ ਦੇ ਵਿੱਚ, ਕਿ ਮੈਂ ਵੀ ਜਦੋਂ ਮੈਂ ਮੀਡੀਆ ਦੇ ਵਿੱਚ ਸੀ, ਮੈਂ ਵੀ ਮਤਲਬ ਆਜ ਤੱਕ ਆਮਣੇ ਸਾਹਮਣੇ ਦੀ ਰਿਪੋਰਟਰ ਰਹੀ, ਤੇ ਮੈਂ ਉਹ ਜਦੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਸੀ ਵੀ ਇਹਨਾਂ ਦੇ ਪੁਲਿਸ ਜਿਹੜੀ ਹੈਗੀ ਆ ਕਿ ਮੂੰਹ ਕਿਉਂ ਇਹਨਾਂ ਦੇ ਢੱਕ ਦਿੱਤੇ ਜਾਂਦੇ ਨੇ, ਜਿੱਦਾਂ ਬੀਬੀਆਂ ਦੇ ਬੁਰਕੇ ਪਾਏ ਹੁੰਦੇ ਸੀ ਇੰਨਾ ਇੰਨਾ ਥੋੜੀ ਜਿਹੀ ਗਲੀ ਕੱਢ ਕੇ ਅੱਖਾਂ ਦੇ ਵਿੱਚੋਂ ਢੱਕੇ ਹੁੰਦੇ ਨੇ। ਉਹਦੇ ਪਿੱਛੇ ਇੱਕ ਵਕੀਲ ਸਾਹਿਬ ਨੇ ਦੱਸਿਆ ਸੀਗਾ ਕਿ ਮੈਡਮ ਇਹ ਨਾ ਜਿਹੜਾ ਜਿੰਨੀ ਦੇਰ ਇਹ ਹੁਣ ਫੜ ਲਏ ਗਏ ਆ, ਜਦੋਂ ਇਹ ਇਹਨਾਂ ਨੂੰ ਕੋਰਟ 'ਚ ਪੇਸ਼ ਕਰਾਂਗੇ ਤੇ ਜੇਕਰ ਇਹ ਜਿੰਨੀ ਦੇਰ ਕੋਰਟ ਵਿਕਟਿਮ ਇਹਨਾਂ ਨੂੰ ਘੋਸ਼ਿਤ ਨਹੀਂ ਕਰ ਦਿੰਦੀ, ਉਨੀ ਦੇਰ ਇਹਨਾਂ ਦਾ ਸਮਾਜ ਦੇ ਵਿੱਚ ਅਸੀਂ ਲੋਕਾਂ ਦੇ ਵਿੱਚ ਇਹਨਾਂ ਨੂੰ ਇਹਨਾਂ ਦੇ ਮੂੰਹ ਨਹੀਂ ਦਿਖਾ ਸਕਦੇ। ਤੇ ਹੋ ਸਕਦਾ ਇਨੋਸੈਂਟ ਹੋਣ, ਜੇ ਹਾਂਜੀ ਹੋ ਸਕਦਾ ਇਨੋਸੈਂਟ ਹੋਣ, ਇਸ ਕਰਕੇ ਜਿੰਨੀ ਦੇਰ ਕੋਰਟ ਜਿਹੜੀ ਹੈਗੀ ਆਪਣਾ ਕੋਈ ਫੈਸਲਾ ਨਹੀਂ ਦਿੰਦੀ ਵੀ ਇਹ ਸੱਚਮੁੱਚ ਹੀ ਇਹ ਵਿਕਟਿਮ ਨੇ, ਸੋਰੀ ਇਹ ਦੋਸ਼ੀ ਨੇ, ਇਹਨਾਂ ਨੇ ਕ੍ਰਾਈਮ ਕੀਤਾ, ਕ੍ਰਿਮੀਨਲ ਨੇ, ਅਸੀਂ ਉਨੀ ਦੇਰ ਇਹਨਾਂ ਦਾ ਫੇਸ ਨਹੀਂ ਦਿਖਾ ਸਕਦੇ। ਇੱਕ ਤਾਂ ਉਹਨਾਂ ਨੇ ਇਹ ਦੱਸਿਆ, ਦੋ ਤਿੰਨ ਵਕੀਲਾਂ ਦੇ ਨਾਲ ਜਿੰਨੀ ਮੈਂ ਗੱਲ ਕੀਤੀ ਤੇ ਪੁਲਿਸ ਦਾ ਵੀ, ਦੂਸਰਾ ਪੁਲਿਸ ਥਰਡ ਡਿਗਰੀ ਟੋਰਚਰ ਕਰਦੀ ਆ ਬਹੁਤ ਉਹਨਾਂ ਨੂੰ ਕਈ ਵਾਰੀ, ਇਨੋਸੈਂਟ ਨੂੰ ਆਪਣੇ ਜੈਸ ਕਰਾਉਣੇ ਦੀ ਖਾਤਰ। ਸਰ ਮੈਂ ਇੱਕ ਚੀਜ਼ ਇਹ ਵੀ ਜੋੜਨਾ ਚਾਹੁੰਦੀ ਸੀ, ਜਿਹੜਾ ਮੇਰਾ ਆਪਣਾ ਵਿਚਾਰ ਹੈ ਡਾਕਟਰ ਗਰੇਵਾਲ ਦੀ ਗੱਲ ਦੇ ਨਾਲ ਹੀ, ਕਿ ਜਿਹੜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਪੁਲਿਸ ਅਫਸਰ ਨੇ ਮੈਨੂੰ ਦੱਸਿਆ ਵੀ ਇਹ ਜਿਹੜਾ ਵਿਚਾਰੇ ਬੈਠੇ ਨੇ ਗਰੀਬ ਘਰਾਂ ਦੇ, ਇਹ ਤਾਂ ਥੋਕ ਦਾ ਮਾਲ ਆ ਪੋਲੀਟੀਸ਼ੀਅਨਸ ਵੱਲ। ਇਹ ਛੋਟੇ ਮੋਟੇ ਕ੍ਰਾਈਮ ਜਿਵੇਂ ਕਿਸੇ ਨੇ ਕੋਈ ਰੇਹੜੀ ਤੋਂ ਥੋੜ੍ਹੀ ਬਹੁਤੀ ਚੋਰੀ ਕਰ ਲਈ, ਜਾਂ ਨਸ਼ੇ ਦੇ ਆਦੀ ਹੋਣ ਕਰਕੇ ਥੋੜ੍ਹੀ ਬਹੁਤੀ ਚੋਰੀ ਕਰ ਲਈ। ਔਰ ਮੈਂ ਇੱਕ ਤੁਹਾਨੂੰ ਹੋਰ ਬੜੀ ਅਹਿਮ ਇਹਦੀ ਖੁਲਾਸਾ ਕਰਨ ਜਾ ਰਹੀ ਹਾਂ ਕਿ ਉਹਨਾਂ ਨੇ ਇਹ ਵੀ ਦੱਸਿਆ ਕਿ ਵੀ ਇਹ ਪੋਲੀਟੀਸ਼ੀਅਨ ਮੈਂ ਕਿ ਥੋਕ ਦਾ ਮਾਲ ਕਿੱਦਾਂ, ਕਹਿੰਦੇ ਦੇਖੋ ਜੀ ਉਹਨਾਂ ਨੇ ਕਰੋੜ ਕਰੋੜ ਦੋ ਦੋ ਕਰੋੜ ਦੇ ਇਹਨਾਂ ਦੇ ਇੰਸ਼ੋਰੈਂਸ ਕਰਵਾਏ ਹੁੰਦੇ ਆ ਪੋਲੀਟੀਸ਼ੀਅਨ ਨੇ, ਤੇ ਇਹਨਾਂ ਨੂੰ ਵਿਚਾਰਿਆਂ ਨੂੰ ਕੁੱਤੇ ਦੀ ਮੌਤ ਮਾਰ ਦਿੰਦੇ ਨੇ, ਇਹਨਾਂ ਨੂੰ ਗਾਜਰਾਂ ਮੂਲੀਆਂ ਇਹਨਾਂ ਵਾਸਤੇ, ਕਿਉਂਕਿ ਉਹ ਪੈਸਾ ਫਿਰ ਇੰਸ਼ੋਰੈਂਸ ਦਾ ਇਹਨਾਂ ਨੂੰ ਮਿਲਦਾ। ਉਹ ਮਤਲਬ ਨਿੱਕੀ ਨਿੱਕੀ ਗੱਲ ਉਹਨਾਂ ਨੇ ਸਮਝਾਈ। ਹੁਣ ਤੁਸੀਂ ਇੱਥੋਂ ਖੁਦ ਹੀ ਅੰਦਾਜ਼ਾ ਲਾ ਲਓ ਵੀ ਇੱਕ ਪੁਲਿਸ ਅਫਸਰ ਇਹ ਕਹਿ ਰਹੇ ਨੇ ਕਿ ਵੀ ਇਹ ਥੋਕ ਦਾ ਮਾਲ ਪੋਲੀਟੀਸ਼ੀਅਨਸ ਵਾਸਤੇ ਹੈਗਾ, ਤੇ ਉਹਨਾਂ ਨਾਲ ਉਹ ਕਾਹਦੇ ਵਾਸਤੇ ਕਾਜ। ਫਿਰ ਉਹਨਾਂ ਨੇ ਦੱਸਿਆ ਕਿ ਵੀ ਪਿੰਡਾਂ ਦੇ ਵਿੱਚ ਜਾਂ ਜਿਹੜੀ ਇੱਥੋਂ ਤੱਕ ਕਿ ਪਿੰਡਾਂ ਦੇ ਵਿੱਚ ਵੀ ਜਿਹੜੇ ਸਰਪੰਚ ਜਾਂ ਮਤਲਬ ਜਿਹੜੇ ਕਿਸੇ ਪਾਰਟੀ ਦੇ ਨਾਲ ਰਿਲੇਟਡ ਹੁੰਦੇ ਨੇ ਪੋਲੀਟੀਸ਼ੀਅਨਸ ਹੁੰਦੇ ਨੇ, ਉਹਨਾਂ ਨੇ ਤੁਸੀਂ ਦੇਖੋ ਜਿਹੜੇ ਦਲਿਤ ਮੁੰਡੇ ਨੇ ਦਲਿਤ ਗਰੀਬ ਘਰਾਂ ਦੇ ਉਹ ਨਾਲ ਰੱਖੇ ਹੁੰਦੇ ਨੇ, ਉਹ ਵੀ ਇਸੇ ਕੰਮ ਵਾਸਤੇ ਰੱਖੇ ਨੇ ਜਦੋਂ ਕਿਤੇ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਕੋਈ ਆਪੋਜੀਸ਼ਨ ਪਾਰਟੀ ਨੂੰ ਨੀਵਾਂ ਦਿਖਾਉਣਾ ਹੁੰਦਾ ਜਾਂ ਉਹਨੂੰ ਕਿਸੇ ਵੀ ਤਰ੍ਹਾਂ ਦਾ, ਤਾਂ ਉਹ ਉਹਨੂੰ ਅੱਗੇ ਵਰਤ ਲੈਂਦੇ ਨੇ ਉਹਨੂੰ, ਮਤਲਬ ਜਿਹੜਾ ਪੋਲੀਟੀਸ਼ੀਅਨ ਨੇ ਵੀ ਪਤਾ ਲੱਗਾ ਪੇਪਰਾਂ ਵਿੱਚ ਇਸ ਤਰ੍ਹਾਂ ਵੀ ਹੋ ਸਕਦਾ ਹੁੰਦਾ ਹੈ। ਚਲੋ ਇੱਕ ਮੈਨੂੰ ਹੋਰ ਦੱਸੋ ਤੁਸੀਂ, ਬੜਾ ਅਨਫੋਰਚੁਨੇਟਲੀ ਮੈਂ ਜਿਵੇਂ ਦੱਸਿਆ ਸੀ ਅਖਬਾਰਾਂ ਭਰੀਆਂ ਹੀ ਹੁੰਦੀਆਂ ਹੈਗੀਆਂ, ਇਹ ਸੋਸਾਇਟੀ ਦਾ ਸਖ਼ਤ ਜਿੰਨੇ ਮਰਜ਼ੀ ਕਾਨੂੰਨ ਬਣਾ ਲਓ ਜਿਹੜਾ ਹੈਗਾ, ਉਹ ਤੋਂ ਬਾਅਦ 'ਚ ਫਿਰ ਨਹੀਂ ਇਹ ਟ੍ਰੈਂਡ ਖਤਮ ਹੋਇਆ। ਤੁਹਾਡੇ ਹਿਸਾਬ ਨਾਲ ਹੋਣਾ ਕੀ ਚਾਹੀਦਾ ਹੈਗਾ? ਕਿਉਂਕਿ ਟ੍ਰੈਂਡ ਖਤਮ ਹੋ ਹੀ ਨਹੀਂ ਸਕਦਾ, ਸਾਡੇ ਲੋਕਾਂ ਦੇ ਵਿੱਚ ਹੁਣ ਕਾਨੂੰਨ ਦਾਜ ਵਾਸਤੇ ਘਟਣਾ ਹੀ ਬੜੇ, ਤਾਂ ਦਾਜ ਦੀ ਵੀ ਅਜੇ ਤੱਕ ਉਸ ਤਰ੍ਹਾਂ ਮਿਸਯੂਜ਼ ਹੋ ਰਿਹਾ। ਜੇ ਇਹਨਾਂ ਨੇ 498 ਦਾ ਕਾਨੂੰਨ ਧਾਰਾ ਬਣਾਈ ਹੈ ਦਾਜ ਦੇ ਰੂਪ, ਤਾਂ ਉਹ ਕਈ ਲੇਡੀਜ਼ ਗਲਤ ਉਹਦਾ ਇਸਤੇਮਾਲ ਕਰਦੀਆਂ ਨੇ, ਤਾਂ ਇਸ ਤਰ੍ਹਾਂ ਅਸੀਂ ਜਿੰਨੇ ਮਰਜ਼ੀ ਕਾਨੂੰਨ ਬਣਾ ਲਈਏ ਪਰ ਉਹਨਾਂ ਕਾਨੂੰਨ ਦੀ ਸਾਡੇ ਲੋਕਾਂ ਦੇ ਵਿੱਚ ਕੋਈ ਹੈ ਨਹੀਂ, ਕਦਰ ਨਹੀਂ ਕਰਦੇ, ਨਾ ਉਹਦੀ ਇੰਪਲੀਮੈਂਟੇਸ਼ਨ ਠੀਕ ਤਰ੍ਹਾਂ ਨਾਲ ਹੁੰਦੀ ਹੈ, ਸਗੋਂ ਜਿੰਨੇ ਕਾਨੂੰਨ ਬਣੇ ਜਾਂਦੇ ਆ ਉਹਨਾਂ ਲੋਕ ਬੇਡਰ ਹੋਈ ਜਾਂਦੇ ਆ, ਤਾਂ ਬੇਡਰ ਹੋਣ ਦੇ ਕਰਕੇ ਕਾਨੂੰਨ ਬਣਾਉਣ ਦਾ ਕੋਈ ਫਾਇਦਾ ਹੀ ਨਹੀਂ। ਨਹੀਂ ਇੱਕ ਗੱਲ ਦੱਸੋ, ਜਿਵੇਂ ਲੜਕੀਆਂ ਤੇ ਤਾਂ ਹਰ ਇੱਕ ਪੇਰੈਂਟਸ ਬੜਾ ਅੰਕੁਸ਼ ਲਾਉਂਦੇ ਹੈਗੇ, ਲੜਕੀਆਂ ਨੂੰ ਪੂਰੀ ਫਰੀਡਮ ਹੁੰਦੀ ਆ, ਉਹ ਉਹਨਾਂ ਦੀ ਨਹੀਂ ਜਦੋਂ ਪਰਵਰਿਸ਼ ਹੋ ਰਹੀ ਉਹਨਾਂ ਨੂੰ ਐਜੂਕੇਟ ਕੀਤਾ। ਮੈਂ ਹਮੇਸ਼ਾ ਤੋਂ ਇਸ ਗੱਲ ਦੀ ਮੁਦਈ ਰਹੀ ਹਾਂ, ਜਦੋਂ ਕਿ ਮੈਂ ਪੜ੍ਹਾਉਂਦੀ ਵੀ ਸੀ, ਮੈਂ ਆਪਣੇ ਕਾਲਜ ਦੇ ਵਿੱਚ ਆਪਣੇ ਸਟੂਡੈਂਟਸ ਨੂੰ ਵੀ ਇਹੀ ਕਹਿੰਦੀ ਸੀ ਕਿ ਜਿਹੜਾ ਮੁੰਡਾ ਤੇ ਕੁੜੀ ਆ ਜਦੋਂ ਬਚਪਨ 'ਚ ਹੀ ਹੁੰਦੇ ਆ ਤਾਂ ਉਹਨਾਂ ਦੀ ਪਰਵਰਿਸ਼ ਇਸ ਤਰੀਕੇ ਨਾਲ ਕਰੋ ਕਿ ਮੁੰਡੇ ਕੁੜੀ ਦਾ ਫਰਕ ਉਹਨਾਂ ਦੇ ਵਿੱਚ
ਦਿਸੇ ਨਾ, ਉਹਨਾਂ ਨੂੰ ਖੁਦ ਨੂੰ ਹੀ ਨਾ ਪਤਾ ਲੱਗੇ। ਤਾਂ ਮੇਰਾ ਇਹ ਮੰਨਣਾ ਹੈ ਕਿ ਮੁੰਡੇ ਨੂੰ ਵੀ ਜੇ ਆਪਣੇ ਘਰ ਦੀ ਦਹਿਲੀਜ਼ ਪਾਰ ਕਰਾ ਦੇਈਏ, ਘਰ ਦੀ ਦਹਿਲੀਜ਼ ਤੋਂ ਪਾਰ ਕੁੜੀ ਤਾਂ ਜਾਂਦੀ ਹੈ, ਮੁੰਡੇ ਦੇ ਬਰਾਬਰ ਕੰਮ ਕਰਦੀ ਹੈ, ਪਰ ਜੇ ਅਸੀਂ ਆਪਣੇ ਘਰ ਦੇ ਵਿੱਚ ਰਸੋਈ ਦੀ ਦਹਿਲੀਜ਼ ਹੀ ਮੁੰਡੇ ਨੂੰ ਪਾਰ ਕਰਵਾ ਲਈਏ, ਮਤਲਬ ਰਸੋਈ ਘਰ ਦੇ ਵਿੱਚ ਮੁੰਡੇ ਤੇ ਕੁੜੀ ਨੂੰ ਬਰਾਬਰ ਦਾ ਕੰਮ ਸਿਖਾਈਏ, ਤਾਂ ਹੋ ਸਕਦਾ ਹੈ ਕਿ ਕੱਲ ਨੂੰ ਮੁੰਡੇ ਕੁੜੀ ਦਾ ਜਿਹੜਾ ਭਿੰਨ ਭੇਦ ਹੈ, ਲਿੰਗ ਭੇਦ ਹੈ, ਉਹ ਖਤਮ ਹੋ ਜਾਏ। ਕਿਉਂਕਿ ਜਦੋਂ ਦੋਨੋਂ ਪਾਰਟਨਰ ਬਣ ਕੇ ਕੰਮ ਕਰਨਗੇ, ਇੱਕ ਦੂਜੇ ਦੇ ਬਰਾਬਰ ਕੰਮ ਕਰਨਗੇ, ਤਾਂ ਊਚ ਨੀਚ ਦਾ ਭੇਦ ਖਤਮ ਹੋਏਗਾ। ਇਸ ਵੇਲੇ ਇਸ ਚੀਜ਼ ਨੂੰ ਤਾਂ ਹੀ ਜ਼ਿਆਦਾ ਕੁੜੀਆਂ ਨੂੰ ਔਖਾ ਹੋਣਾ ਪੈ ਰਿਹਾ, ਤਾਂ ਹੀ ਕੁੜੀਆਂ ਸ਼ਿਕਾਰ ਹੋ ਰਹੀਆਂ ਇਹਨਾਂ ਚੀਜ਼ਾਂ ਦੀ, ਕਿਉਂਕਿ ਕੁੜੀ ਨੂੰ ਹੀਣਾ ਮੰਨਿਆ ਜਾਂਦਾ, ਮੁੰਡੇ ਨੂੰ ਉੱਚਾ ਮੰਨਿਆ ਜਾਂਦਾ। ਕੋਈ ਵੀ ਘਰ ਜਿਹੜਾ ਹੈ ਕੁੜੀ ਦੇ ਉੱਤੇ ਤਾਂ ਸੌ ਬੰਦਸ਼ਾ ਲਾਊਗਾ, ਪਰ ਮੁੰਡੇ ਨੂੰ ਅੱਧੀ ਅੱਧੀ ਰਾਤ ਤੱਕ ਕੋਈ ਪੁੱਛਦਾ ਨਹੀਂ ਕਿ ਤੂੰ ਕੀ ਕਰਦਾ ਭਾਈ, ਕੀ ਕਿੱਥੋਂ ਆਇਆ, ਕੀ ਕਰਨਾ, ਕਿੱਥੇ ਜਾਣਾ। ਇੱਕ ਗੱਲ ਹੋਰ ਦੱਸੋ ਮੈਨੂੰ ਤੁਸੀਂ, ਅੱਜ ਕੱਲ ਆ ਜਿਹੜਾ ਮੋਬਾਈਲ ਇੰਟਰਨੈਟ ਬੜਾ ਆਮ ਅਵੇਲੇਬਲ ਆ, ਹਾਂਜੀ, ਹਰ ਇੱਕ ਮਾਂ ਬਾਪ ਨੇ ਆਪਣੀ ਕੁੜੀਆਂ ਨੂੰ ਵੀ ਫੋਨ ਬੋਨ ਲੈ ਕੇ ਦਿੱਤੇ ਹੋਏ, ਇਹਨਾਂ ਦੀ ਲੜਕਿਆਂ ਨਾਲ ਵੀ ਬੜੀ ਆਮ ਫਰੈਂਡਸ਼ਿਪ ਹੈਗੀ ਆ, ਉਹ ਵੀ ਇੱਕ ਫਰੀਡਮ ਬੜੀ ਮਿਸਯੂਜ਼ ਹੁੰਦੀ ਆ। ਇਹ ਵੀ ਮਿਸਯੂਜ਼ ਹੋ ਰਿਹਾ, ਕਿਉਂਕਿ ਇੰਨੀ ਰਿਸਟ੍ਰਿਕਸ਼ਨਸ ਇਹਨਾਂ ਤੇ ਲਾਉਣੀਆਂ ਚਾਹੀਦੀਆਂ, ਕਿਉਂਕਿ ਜਿਹੜੀ ਟੈਕਨੋਲੋਜੀ ਹੈ ਜਿੱਥੇ ਸਾਨੂੰ ਚੰਗੇ ਪਾਸੇ ਲਾਉਂਦੀ, ਉੱਥੇ ਸਾਨੂੰ ਕਈ ਗਲਤ ਕੰਮ ਵੀ ਦੱਸਦੀ। ਹੁਣ ਜਿਹੜੀ ਚੀਜ਼ ਤੁਹਾਡੇ ਸਾਹਮਣੇ ਖੁੱਲ੍ਹਮ ਖੁੱਲ੍ਹਾ ਹੈਗੀ ਹੈ, ਜਦ ਤੁਸੀਂ ਘਰ ਦੇ ਵਿੱਚ ਤਾਂ ਉਸ ਬੱਚੇ ਨੂੰ ਕੋਈ ਸਿੱਖਿਆ ਦਿੱਤੀ ਨਹੀਂ, ਜਾਂ ਤਾਂ ਤੁਸੀਂ ਸ਼ੁਰੂ ਤੋਂ ਬੱਚਿਆਂ ਨੂੰ ਸਿੱਖਿਆ ਦਿਓ ਜੀ ਸੈਕਸੁਅਲ ਐਜੂਕੇਸ਼ਨ ਹੈ, ਆਹ ਚੀਜ਼ ਇਸ ਤਰ੍ਹਾਂ ਹੋਣੀ, ਆਹ ਚੀਜ਼ ਇਸ ਤਰ੍ਹਾਂ ਹੋਣੀ ਹੈ, ਉਹਦੇ ਬਾਰੇ ਤਾਂ ਤੁਸੀਂ ਚੁੱਪ ਗੁੱਡ ਰਹਿੰਦੇ, ਕੋਈ ਗੱਲ ਨਹੀਂ ਕਰਕੇ ਤਿਆਰ। ਲੇਕਿਨ ਜਦੋਂ ਉਹਨਾਂ ਨੂੰ ਖੁੱਲ੍ਹੇਆਮ ਨੈੱਟ ਦੇ ਥਰੂ ਪਤਾ ਲੱਗਦਾ, ਤੇ ਕੁਦਰਤੀ ਹੈ ਕਿ ਜਿਹੜੀ ਰੈਸਟ੍ਰਿਕਸ਼ਨ ਵਾਲੀ ਚੀਜ਼ ਹੈ ਜਦੋਂ ਬੱਚੇ ਦੇ ਸਾਹਮਣੇ ਆਉਂਦੀ ਹੈ, ਤੇ ਬੱਚਾ ਉਧਰ ਖਿੱਚਿਆ ਤੁਰਿਆ ਜਾਂਦਾ। ਇਸ ਕਰਕੇ ਚਾਹੀਦਾ ਇਹ ਹੈ ਕਿ ਸੈਕਸੁਅਲ ਐਜੂਕੇਸ਼ਨ ਜਿਹੜੀ ਹੈ ਸਾਡੇ ਸਕੂਲਾਂ ਦਾ ਵਿਸ਼ਾ ਵੀ ਹੋਣੀ ਚਾਹੀਦੀ ਹੈ, ਸਾਡੇ ਮਾਂ ਬਾਪ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਬੱਚਿਆਂ ਨੂੰ ਟਾਈਮ ਟਾਈਮ ਤੇ ਇਹਨਾਂ ਬਾਰੇ ਦੱਸਣਾ ਚਾਹੀਦਾ। ਹੁਣ ਵੈਸਟਰਨ ਕੰਟਰੀਜ਼ ਹੈ, ਵੈਸਟਰਨ ਕੰਟਰੀਜ਼ ਦੇ ਵਿੱਚ ਇਹ ਚੀਜ਼ਾਂ ਕਿਉਂ ਘੱਟ ਨੇ, ਇਸੇ ਕਰਕੇ ਘੱਟ ਨੇ ਕਿ ਉਹਨਾਂ ਦੇਸ਼ਾਂ ਦੇ ਵਿੱਚ ਸੈਕਸ ਐਜੂਕੇਸ਼ਨ ਜਿਹੜੀ ਹੈ ਉਹ ਉੱਥੇ ਦਿੰਦੇ ਹੈ। ਮੈਂ ਇੰਗਲੈਂਡ ਦੇਖਿਆ ਸੀ, ਨੌਵੀਂ ਅੱਠਵੀਂ ਨੌਵੀਂ ਦੀਆਂ ਜਿੱਦਾਂ ਉਹਨਾਂ ਦੀਆਂ ਬੁੱਕਸ ਹੁੰਦੀਆਂ, ਉਹਦੇ ਵਿੱਚ ਉਹਨਾਂ ਨੂੰ ਪੂਰੀ ਸੈਕਸੁਅਲ ਐਜੂਕੇਸ਼ਨ ਦੇ ਦਿੱਤੀ ਜਾਂਦੀ ਹੈ। ਤੁਸੀਂ ਭਾਰਤ ਸਾਹਿਬ ਦੇਖੋ ਕਿ ਮੇਰੀ ਦੋਤੀ 12 ਸਾਲ ਦੀ ਹੈ, ਹਾਂਜੀ, ਪਿਛਲੇ ਸਾਲ ਮੈਂ ਉੱਥੇ ਸੀਗੀ ਤਾਂ ਉਹਨਾਂ ਨੇ ਸਕੂਲ ਵੱਲੋਂ ਇੱਕ ਭੇਜਿਆ, ਨੋਟਿਸ ਭੇਜਿਆ ਕਿ ਸਾਡੇ ਕੋਲ ਪੇਰੈਂਟਸ ਐਨੀ ਤਰੀਕ ਨੂੰ ਪਹੁੰਚਣ। ਅੱਛਾ, ਉਹਦਾ ਵਿਸ਼ਾ ਇਹ ਸੀਗਾ ਕਿ ਅਸੀਂ ਤੁਹਾਡੇ ਬੱਚਿਆਂ ਨੂੰ ਹਫ਼ਤੇ ਵਿੱਚ ਇੱਕ ਦਿਨ ਸੈਕਸ ਵਾਸਤੇ ਇਨਫੋਰਮੇਸ਼ਨ ਦੇਣੀ ਹੈ ਮੁੰਡੇ ਕੁੜੀਆਂ ਨੂੰ, ਤੇ ਤੁਸੀਂ ਆ ਕੇ ਸਾਡੇ ਨਾਲ ਡਿਸਕਸ ਕਰੋ, ਸਾਨੂੰ ਸੁਜੈਸ਼ਨ ਦਿਓ ਕਿ ਸਾਨੂੰ ਕੀ ਕਰਨਾ ਚਾਹੀਦਾ। ਅੱਛਾ ਅੱਛਾ, ਬਹੁਤ ਅੱਛਾ। ਉਹ ਪੇਰੈਂਟਸ ਨੂੰ ਵੀ ਦੱਸਦੇ ਆ, ਉਹ ਖੁਦ ਵੀ ਦੱਸਦੇ ਆ, ਤੇ ਬੱਚਿਆਂ ਨੂੰ ਸਾਰਾ ਪਤਾ ਲੱਗਦਾ। ਉੱਥੇ ਰੇਸ਼ੋ ਘੱਟ ਹੈ, ਬਹੁਤ ਘੱਟ ਹੈ, ਮੈਂ ਇਹ ਨਹੀਂ ਕਹਿੰਦੀ ਕਿ ਨਹੀਂ ਹੈ, ਹੈ, ਲੇਕਿਨ ਇਸ ਤਰ੍ਹਾਂ ਕੰਪੈਰੀਟਿਵਲੀ ਬਹੁਤ ਘੱਟ ਹੈ। ਤਾਂ ਸਾਨੂੰ ਅਸੀਂ ਚੁੱਪ ਗੁੱਪ ਰਹਿ ਜਾਂਦੇ ਹਾਂ ਕਿ ਇਸ ਮਾਮਲੇ ਤੇ ਜੀ ਅਸੀਂ ਨਹੀਂ ਬੋਲਣਾ, ਤਾਂ ਇਹ ਜਿਹੜੀ ਚੀਜ਼ ਹੈ ਸਾਨੂੰ ਮੈਂਟੈਲਿਟੀ ਆਪਣੀ ਬਦਲਣੀ ਪਏਗੀ। ਹਾਂਜੀ ਪਰਮਵੀਰ, ਹੋਰ ਕਿਸ ਤਰ੍ਹਾਂ ਦੇ ਤੁਹਾਡੇ ਹਿਸਾਬ ਨਾਲ ਸਟੈਪ ਲੈਣੇ ਚਾਹੀਦੇ ਆ ਤੁਹਾਡੇ? ਐਕਚੁਅਲੀ ਜਿੱਦਾਂ ਇਹਨਾਂ ਨੇ ਕਿਹਾ, ਮੈਂ ਇਹਨਾਂ ਨਾਲ ਬਿਲਕੁਲ ਸਹਿਮਤ ਹਾਂ ਕਿ ਜਦੋਂ ਅਸੀਂ ਘਰ ਦੇ ਵਿੱਚ ਹੀ ਭਿੰਨ ਭੇਦ ਖਤਮ ਕਰਾਂਗੇ ਬੇਟੇ ਬੇਟੀ ਦਾ, ਤਾਂ ਹੀ ਜਾ ਕੇ ਸਮਾਜ ਦੇ ਵਿੱਚ ਕੁਛ ਸੁਧਾਰ ਹੋਣਾ ਹੈ। ਮੈਂ ਨਾ ਇੱਕ ਥੋੜ੍ਹਾ ਜਿਹਾ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਰੱਖਣਾ ਚਾਹੁੰਦੀ ਹਾਂ, ਐਗਜ਼ਾਮਪਲ ਨਹੀਂ ਇਹ ਰਿਐਲਿਟੀ ਹੈ। ਇਹਨਾਂ ਦੀ ਇੱਕ ਫਰੈਂਡ ਨੇ, ਇਹਨਾਂ ਦੇ ਕੁਲੀਗ ਨੇ ਮੈਡਮ ਸੁਰਿੰਦਰ ਜੈਪਾਲ ਪ੍ਰੋਫੈਸਰ, ਅਤੇ ਉਹਨਾਂ ਦੇ ਹਸਬੈਂਡ ਵੀ ਪ੍ਰੋਫੈਸਰ ਨੇ ਦੋਨੋਂ, ਅਤੇ ਉਹਨਾਂ ਨੇ ਇਨਵਾਈਟ ਕੀਤਾ ਅਤੇ ਅਸੀਂ ਗਏ, ਅਤੇ ਮੈਂ ਦੇਖਿਆ ਵੀ ਉਹਨਾਂ ਦੇ ਘਰ ਜਾ ਕੇ ਰੂਹ ਖੁਸ਼ ਹੋ ਗਈ। ਬੇਟਾ ਉਹਨਾਂ ਦੇ ਕੋਈ ਹੈ ਨਹੀਂ, ਬੇਟੀਆਂ ਸੀ, ਬੇਟੀਆਂ ਦੋਨੋਂ ਹਰ ਐਡਵੋਕੇਟਡ ਨੇ। ਔਰ ਮੈਂ ਕਹਿੰਦੀ ਕਿ ਵੀ ਇੰਨੀ ਮੇਰੀ ਰੂਹ ਖੁਸ਼ ਹੋਈ ਜਦੋਂ ਅਸੀਂ ਜਾ ਕੇ ਬੈਠੇ ਅਤੇ ਮੈਡਮ ਜੈਪਾਲ ਸਾਡੇ ਕੋਲ ਬੈਠੇ, ਸੁਰਿੰਦਰ ਜੈਪਾਲ, ਅਤੇ ਉਹ ਜਿਹੜੇ ਪ੍ਰੋਫੈਸਰ ਸਾਹਿਬ ਸੀ ਉਹਨਾਂ ਦੇ ਹਸਬੈਂਡ ਸੀਗੇ, ਉਹਨਾਂ ਨੇ ਸਾਨੂੰ ਪਾਣੀ ਪਿਲਾਇਆ ਅਤੇ ਉਹਨਾਂ ਨੇ ਮਤਲਬ ਉਹੀ ਸਾਡੇ ਲਈ ਚਾਹ ਬਣਾ ਕੇ ਲੈ ਕੇ ਆਏ, ਅਤੇ ਜਦੋਂ ਬੈਠੇ ਅਤੇ ਕਹਿਣ ਲੱਗੇ ਪਰਮੀਰ ਬੇਟਾ ਵੀ ਤੂੰ ਫੀਲ ਤਾਂ ਨਹੀਂ ਕਰਦੀ ਵੀ ਅੰਕਲ ਚਾਹ ਪਿਲਾ ਰਹੇ ਨੇ, ਪਾਣੀ ਪਿਲਾ ਰਹੇ, ਪਰ ਕਹਿੰਦੇ ਮੈਂ ਇਹ ਸੋਚਦਾ ਹਾਂ ਵੀ ਅਸੀਂ ਦੋਨੋਂ ਸਾਥੀ ਹਾਂ, ਹੈ ਨਾ, ਵੀ ਅਸੀਂ ਮੈਂ ਸਾਡੇ 'ਚ ਲਿੰਗ ਭੇਦ ਖਤਮ ਆ, ਮੇਰੇ ਇਹ ਮੈਡਮ ਜਿਹੜੇ ਮੇਰੇ ਸਾਥੀ ਨੇ, ਅਤੇ ਮੈਂ ਜਦੋਂ ਹੁਣ ਇਹਨਾਂ ਦਾ ਕੋਈ ਇਹਨਾਂ ਦੀ ਕੋਈ ਫਰੈਂਡ ਆਈ ਤਾਂ ਮੇਰਾ ਫਰਜ਼ ਬਣਦਾ ਹੈ ਉਹਦੀ ਆਓ ਭਗਤ ਕਰਨਾ, ਅਤੇ ਜਦੋਂ ਮੇਰਾ ਹੁੰਦਾ ਕੋਈ ਤਾਂ ਇਹ ਕਰਦੇ ਨੇ, ਮਤਲਬ ਇਹ ਮਤਲਬ ਇੰਨਾ ਮੇਰੀ ਰੂਹ ਖੁਸ਼ ਹੋਈ ਵੀ ਜੇ ਸਾਰੇ ਘਰਾਂ ਦੇ ਵਿੱਚ ਇਹ ਸੋਚ ਬਣ ਜਾਵੇ। ਪਰ ਨਹੀਂ, ਹੁਣ ਜਿਹੜੀ ਗੱਲ ਇਹਨਾਂ ਨੇ ਮੈਡਮ ਨੇ ਕਹੀ ਸੀ ਵੀ ਜਿਹੜਾ ਸਾਨੂੰ ਘਰ ਦੇ ਵਿੱਚ ਹੀ ਬੱਚਿਆਂ ਨੂੰ ਬਰਾਬਰਤਾ ਦਾ ਬਰਾਬਰਤਾ 'ਤੇ ਰੱਖਣਾ ਚਾਹੀਦਾ, ਵੀ ਜਦੋਂ ਅਸੀਂ
ਹੁੰਦਾ ਕੀ ਹੈ ਕਿ ਬਾਪ ਤੋਂ ਬੇਟਾ ਸਿੱਖਦਾ ਹੈ। ਕਹਿੰਦੇ ਨਾ ਵੀ ਪਿਤਾ ਭਰਪੂਤ ਨਹੀਂ, ਪਿਤਾ ਭਰਪੂਤ ਹਰ ਕੁਛ ਏਦਾਂ ਦਾ ਹੈਗਾ, ਬਹੁਤਾ ਨਹੀਂ ਤਾਂ ਥੋੜਾ। ਤੁਸੀਂ ਦੱਸ ਦਿਓ ਜੀ, ਮਾਂ ਪਰ ਧੀ ਪਿਤਾ ਪੁਰ ਘੋੜਾ, ਬਹੁਤ ਨਹੀਂ ਤਾਂ ਥੋੜਾ ਥੋੜਾ ਥੋੜਾ। ਹਾਂਜੀ ਵਧੀਆ ਵਧੀਆ। ਹਾਂਜੀ ਹਾਂਜੀ ਹਾਂ। ਸੋ ਉਹ ਮਤਲਬ ਬਾਪ ਤੋਂ ਬੜਾ ਕੁਛ ਸਿੱਖਦਾ ਆ। ਜੇ ਅਸੀਂ ਉਹਨੂੰ ਇੱਕ ਸੈਂਟੀਫਿਕਲੀ ਵੀ ਲਈਏ ਤਾਂ ਬਾਪ ਦੇ ਜੀਨਸ ਹੁੰਦੇ ਨੇ, ਤੇ ਉਹ ਬਾਪ ਦੀਆਂ ਜਿਹੜੀਆਂ ਰੋਜ਼ਮਰਾ ਦੀਆਂ ਹਰਕਤਾਂ ਨੇ ਉਹਦੇ ਤੋਂ ਬੜਾ ਕੁਛ ਗੇਨ ਕਰਦਾ ਉਹ ਬੱਚਾ ਸਿੱਖਦਾ ਹੈ। ਹੁਣ ਬਾਪ ਆਉਂਦਾ ਹੈ, ਦੋਨੋਂ ਉਹਦੇ ਮਾਂ ਬਾਪ ਮਤਲਬ ਜਿਹੜੇ ਹੈਗੇ ਨੇ ਗਵਰਨਮੈਂਟ ਇੰਪਲਾਈਜ ਨੇ, ਤੇ ਦੋਨੋਂ ਘਰ ਦੇ ਵਿੱਚ ਆਉਂਦੇ ਨੇ, ਤੇ ਬਾਪ ਬੈਠਦਾ ਸੋਫੇ ਤੇ ਜਾਂ ਬੈੱਡ ਤੇ ਜੁੱਤੇ ਲਾ ਕੇ ਉਧਰ ਸੁੱਟਦੇ, ਇੱਕ ਉਧਰ ਸੁੱਟਦੇ ਤਾਂ ਜਰਾਬਾਂ ਇਧਰ ਸੁੱਟਦੀਆਂ, ਤੇ ਪਤਨੀ ਨੂੰ ਰੋਬ ਮਾਰਦਾ ਕਿ ਉਹ ਵੀ ਬਰਾਬਰ ਆਈ ਆ, ਕਿ ਵੀ ਕਿਚਨ ਦੇ ਵਿੱਚੋਂ ਹੁਣ ਉਹਦੇ ਲਈ ਪਾਣੀ ਲੈ ਕੇ ਆਵੇ। ਇਹ ਬੱਚਾ ਸਾਰਾ ਕੁਛ ਨੋਟ ਕਰ ਰਿਹਾ, ਉਹਦੇ ਦਿਮਾਗ 'ਚ ਇਹ ਗੱਲ ਬਹਿ ਗਈ ਕਿ ਜਿਹੜੀ ਔਰਤ ਹੈ ਉਹ ਅਧੀਨਗੀ ਦਾ ਪੁਤਲਾ ਹੈ, ਤੇ ਜਿਹੜਾ ਮਰਦ ਹੈ ਉਹ ਹਕੂਮਤ ਕਰਨ ਦਾ ਇੱਕ ਹੈਗਾ, ਜਿਹੜਾ ਅਧਿਕਾਰੀ ਆ ਉਹ ਹਕੂਮਤ ਕਰਦਾ। ਹੁਣ ਤੁਸੀਂ ਇਹ ਦੇਖ ਲਓ ਵੀ ਸਮਾਜ ਦੇ ਵਿੱਚ ਕੋਈ ਮਰਜ਼ੀ ਤੁਸੀਂ ਖੇਤਰ ਚੁੱਕ ਲਓ, ਵੀ ਕਿੱਥੇ ਜੇ ਆਪਣਾ ਚਾਰ ਵਿਅਕਤੀ ਖੜੇ ਆ ਉੱਥੇ ਇੱਕ ਔਰਤ ਜਾਂਦੀ ਜਿਹੜੀ ਆ ਉਹ ਬੜਾ ਸੰਕੋਚ ਮਹਿਸੂਸ ਕਰਦੀ ਆ, ਇਹ ਹੀਣ ਭਾਵਨਾ ਭਰੀ ਗਈ ਨਾ ਘਰ ਦੇ ਵਿੱਚੋਂ ਹੀ ਭਰੀ ਗਈ ਨਾ। ਤੇ ਜੇ ਉਹਨੂੰ ਸ਼ੁਰੂ ਤੋਂ ਹੀ ਬੱਚੀ ਨੂੰ ਸਿਖਾਇਆ ਜਾਵੇ ਕਿ ਵੀ ਨਹੀਂ ਤੂੰ ਵੀ ਇਨਸਾਨ ਆ, ਤੇ ਜਿਵੇਂ ਇਹਨਾਂ ਨੇ ਕਿਹਾ ਹੈ ਕਿ ਕਿਚਨ ਦੇ ਵਿੱਚ ਉਹਨੂੰ ਆਦਤ ਪਾਈ ਜਾਵੇ, ਜਿਵੇਂ ਮੈਂ ਉਹਨਾਂ ਦੀ ਤੁਹਾਨੂੰ ਉਦਾਹਰਣ ਦਿੱਤੀ ਆ ਪ੍ਰੋਫੈਸਰ ਸਾਹਿਬ ਹੋਰਾਂ ਦੀ, ਵੀ ਜੇ ਉਦਾਹਰਣ ਉਹਨਾਂ ਦੇ ਹੁਣ ਘਰ ਦੇ ਸੰਸਕਾਰ ਹੀ ਸੀ ਨਾ, ਵੀ ਉਹਨਾਂ ਨੂੰ ਹੁਣ ਪ੍ਰੋਫੈਸਰ ਸਾਹਿਬ ਨੂੰ ਉਹਦੇ ਮਾਂ ਬਾਪ ਨੇ ਇਹ ਚੀਜ਼ਾਂ ਸਿਖਾਈਆਂ ਸੀ ਨਾ ਕਿ ਵੀ ਤੂੰ ਕਿਸ ਤਰ੍ਹਾਂ ਜਿਹੜਾ ਔਰਤ ਨਾਲ ਵਿਹਾਰ ਕਰਨਾ, ਬੜੇ ਸੋਬਰ ਪਰਸਨ। ਇਹ ਸਾਰੀਆਂ ਚੀਜ਼ਾਂ ਸਾਨੂੰ ਜੇ ਬੇਟੀ ਘਰ ਦੇ ਵਿੱਚ ਕੰਮ ਕਰ ਰਹੀ ਕਿਚਨ ਦੇ ਵਿੱਚ, ਤਾਂ ਸਾਨੂੰ ਬੇਟੇ ਨੂੰ ਵੀ ਕਹਿਣਾ ਚਾਹੀਦਾ ਕਿ ਬੇਟਾ ਤੂੰ ਆਪਣੀ ਭੈਣ ਦੀ ਹੈਲਪ ਕਰ। ਉੱਥੇ ਜਾ ਕੇ ਇਹ ਜਿਹੜਾ ਅਧਿਕਾਰ ਜਿਹੜੇ ਨਾ ਇੱਕ ਹੀਨ ਭਾਵਨਾ ਤੇ ਇੱਕ ਹਕੂਮਤ ਦੀ ਅਧਿਕਾਰ। ਅੱਛਾ ਇੱਕ ਮੈਨੂੰ ਅਖੀਰ ਵਿੱਚ ਦੱਸੋ, ਕਿਤੇ ਕਿਤੇ ਇਹ ਵੀ ਦੇਖਣਾ ਆਉਂਦਾ, ਪਹਿਲਾਂ ਲੜਕੀ ਲੜਕੇ ਦੀ ਸਹਿਮਤੀ ਹੁੰਦੀ ਹੈਗੀ ਆ, ਉਹਨਾਂ ਦੇ ਸੈਕਸੁਅਲ ਕੰਟੈਕਟ ਹੋ ਜਾਂਦੇ ਆ, ਫਿਰ ਕਿਤੇ ਡਿਫਰੈਂਸ ਹੋਇਆ ਲੜਕੀ ਇਲਜ਼ਾਮ ਲਾ ਦਿੰਦੀ ਹੈਗੀ ਆ, ਇਦਾਂ ਦੇ ਇੰਸਟੈਂਸ ਬਾਰੇ ਕੀ ਕਹਿਣਾ ਚਾਹੁੰਦੇ ਆ? ਮੈਂ ਇਹ ਕਹਿਣਾ ਚਾਹਾਂਗੀ ਕਿ ਸਭ ਤੋਂ ਪਹਿਲਾਂ ਤਾਂ ਪੜ੍ਹਾਈ ਬਹੁਤ ਜ਼ਿਆਦਾ ਜ਼ਰੂਰੀ ਹੈ। ਅੱਛਾ, ਐਜੂਕੇਸ਼ਨ ਦਾ ਇੱਕ ਲੈਵਲ ਹੋਣਾ ਚਾਹੀਦਾ। ਇਹ ਨਹੀਂ ਕਿ 15-16 ਸਾਲ ਦਾ ਬੱਚਾ ਹੋਇਆ ਜਾਂ 16-17 ਸਾਲ ਦਾ ਬੱਚਾ ਹੋਇਆ ਤੇ ਇੱਕ ਦੂਜੇ ਵੱਲ ਅਟਰੈਕਸ਼ਨ ਜਿਹੜੀ ਹੋਈ ਉਹਨੂੰ ਮੰਨ ਲਿਆ ਕਿ ਉਹ ਪਿਆਰ ਹੈ, ਉਹ ਪਿਆਰ ਨਹੀਂ ਹੋ ਸਕਦਾ। ਜਿੰਨੀ ਦੇਰ ਤੁਸੀਂ ਆਪਣੇ ਆਪ 'ਚ ਸੋਚਣ ਸਮਝਣ ਜੋਗੇ ਨਹੀਂ ਹੁੰਦੇ, ਓਨੀ ਦੇਰ ਤੱਕ ਬੱਚਿਆਂ ਨੂੰ ਇਸ ਤਰ੍ਹਾਂ ਦੇ ਜਿਹੜੇ ਪਿਆਰ ਵਾਲੇ ਅਫੇਅਰ ਵਾਲੇ ਸਿਸਟਮ ਹੈਗੇ ਉਹਨਾਂ 'ਚ ਨਹੀਂ ਆਉਣਾ ਚਾਹੀਦਾ। ਕਿਉਂਕਿ ਹਰੇਕ ਕੁੜੀ ਨੂੰ, ਹਰੇਕ ਮੁੰਡੇ ਨੂੰ ਮੇਰੀ ਜਾਚੇ ਮੇਰੇ ਆਪਣੇ ਮੰਨਣ ਦੇ ਹਿਸਾਬ ਨਾਲ ਕਿ ਉਹਨਾਂ ਨੂੰ 24-25 ਸਾਲ ਦੀ ਉਮਰ ਤੱਕ ਆਪਣੀ ਕੈਰੀਅਰ ਵੱਲ ਧਿਆਨ ਦੇਣਾ ਚਾਹੀਦਾ, ਪੜ੍ਹਾਈ ਕਰੋ ਆਪਣਾ ਕਰੀਅਰ ਬਣਾਓ, ਉਸ ਤੋਂ ਬਾਅਦ ਤੁਸੀਂ ਆਜ਼ਾਦ ਹੋ। ਕਿਉਂਕਿ ਉਸ ਵੇਲੇ ਤੱਕ ਤੁਹਾਨੂੰ ਪੂਰੀ ਸਮਝ ਹੁੰਦੀ ਹੈ ਕਿ ਤੁਸੀਂ ਕੀ ਸਹੀ ਕਰ ਰਹੇ ਹੋ ਕੀ ਗਲਤ ਕਰ ਰਹੇ ਹੋ, ਠੀਕ ਹੈ। ਪਰ ਜੇ ਤੁਸੀਂ ਪਹਿਲਾਂ ਹੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ, ਵਿਚਾਰੇ ਪੇਰੈਂਟਸ ਤੁਹਾਨੂੰ ਪਾਲਦੇ ਪੋਸਦੇ ਰਹਿ ਜਾਂਦੇ ਆ, ਉਹਨਾਂ ਨੂੰ ਤੁਸੀਂ ਇੱਕ ਪਾਸੇ ਕਰਕੇ ਉਹਨਾਂ ਦੀ ਸਮਾਜ ਦੇ ਵਿੱਚ ਬੇਇੱਜ਼ਤੀ ਕਰਾ ਕੇ ਤੁਰ ਜਾਂਦੇ ਹੋ, ਮੈਂ ਇਹ ਨਹੀਂ ਕਹਿੰਦੀ ਕਿ ਪਿਆਰ ਵਿਆਹ ਗਲਤ ਹੈ, ਪਰ ਪਿਆਰ ਵਿਆਹ ਕਰਵਾਓ ਲੇਕਿਨ ਟਾਈਮ ਤੇ। ਹੁਣ ਜਿਹੜੀਆਂ 16-16, 17-17 ਸਾਲ ਦੀਆਂ ਜਾਂ 19-19, 20-20 ਸਾਲ ਦੀਆਂ ਕੁੜੀਆਂ ਚਲੀਆਂ ਜਾਂਦੀਆਂ, ਉਹ ਇੱਕ ਤਰ੍ਹਾਂ ਨਾਲ ਆਪਣੇ ਘਰੋਂ ਵੀ ਟੁੱਟ ਜਾਂਦੀਆਂ ਨੇ, ਤੇ ਦੂਜੇ ਪਾਸੇ ਉਹਨਾਂ ਦੀ ਉਸ ਬੰਦੇ ਨਾਲ ਵੀ ਨਹੀਂ ਬਣਦੀ, ਉਹਦੇ ਪੇਰੈਂਟਸ ਨਾਲ ਤਾਂ ਬਣਨੀ ਬਹੁਤ ਦੂਰ ਦੀ ਗੱਲ। ਤਾਂ ਇਸ ਕਰਕੇ ਉਹ ਨਾ ਘਰਦੀਆਂ ਰਹਿੰਦੀਆਂ ਨੇ ਨਾ ਘਾਟਦੀਆਂ ਰਹਿੰਦੀਆਂ। ਪਿਆਰ ਵਿਆਹ ਕਰਵਾਉਣ, ਇਹ ਨਹੀਂ ਹੈ ਕਿ ਨਹੀਂ ਕਰਵਾਉਣ। ਅੱਜ ਦਾ ਯੁੱਗ ਹੈ, ਠੀਕ ਹੈ ਤੁਸੀਂ ਆਪਣਾ ਸਾਥੀ ਆਪ ਚੁਣਨ ਦੇ ਕਾਬਲ ਹੋ, ਲੇਕਿਨ ਕਾਬਲ ਬਣੋ, ਪਹਿਲਾਂ ਐਜੂਕੇਸ਼ਨ ਲਓ ਪੂਰੀ, ਆਪਣਾ ਕਰੀਅਰ ਬਣਾਓ, ਆਪਣਾ ਕਰੀਅਰ ਬਣਾਉਣ ਤੋਂ ਬਾਅਦ ਤੁਸੀਂ ਆਪਣਾ ਜੀਵਨ ਸਾਥੀ ਆਪ ਚੁਣ ਲਓ, ਉਹਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਹੈ। ਇਹਦੇ ਵਿੱਚ ਮੰਨ ਲਓ ਕਾਨੂੰਨ ਕਿੰਨੇ ਕੁ ਸਖਤ ਜਿੰਨੇ ਇਸ ਵੇਲੇ ਹੈਗੇ ਆ, ਉਹ ਸਫੀਸ਼ੀਐਂਟ ਹੈਗੇ ਆ ਤੁਹਾਡੇ ਹਿਸਾਬ ਨਾਲ? ਮੈਂ ਤੁਹਾਨੂੰ ਪਹਿਲਾਂ ਹੀ ਕਹਿ ਬੈਠੀ ਹਾਂ ਕਿ ਸਾਡੇ ਦੇਸ਼ ਦੇ ਵਿੱਚ ਜਿੰਨੇ ਵੀ ਕਾਨੂੰਨ ਬਣਦੇ ਆ, ਭਾਵੇਂ ਲੱਖਾਂ ਕਰੋੜਾਂ ਕਾਨੂੰਨ ਬਣ ਜਾਣ, ਪਰ ਉਹਨਾਂ ਦਾ ਕੋਈ ਹੈ ਨਹੀਂ। ਹਾਂਜੀ ਹਾਂਜੀ ਹਾਂਜੀ, ਪਰ ਉਹ ਜਿਹੜੇ ਕਾਨੂੰਨ ਆ ਨੇ ਕਹਿੰਦੇ
ਵਿਗੜੇ ਹੋਏ ਦਾ ਕਾਨੂੰਨ ਕੁਛ ਵਿਗਾੜ ਨਹੀਂ ਸਕਦਾ ਤੇ ਸੁਧਰੇ ਹੋਏ ਨੂੰ ਕਾਨੂੰਨ ਦੀ ਲੋੜ ਹੀ ਨਹੀਂ ਹੈ। ਬਿਲਕੁਲ ਠੀਕ ਹੈ ਜੀ। ਤੇ ਦੂਸਰੀ ਗੱਲ ਜਿਹੜੀ ਇਹਨਾਂ ਨੇ ਕਹੀ ਹੈ ਕਿ ਪਿਆਰ ਵਿਆਹ ਜਿਹੜਾ ਹੈਗਾ ਲਵ ਮੈਰਿਜ ਜਿਹੜੀ ਆ ਉਹ ਮਾੜੀ ਚੀਜ਼ ਨਹੀਂ ਹੈਗੀ, ਪਿਆਰ ਕੋਈ ਮਾੜੀ ਚੀਜ਼ ਨਹੀਂ ਹੈਗਾ। ਅਸੀਂ ਤਾਂ ਪਿਆਰ ਦੇ ਵਿੱਚ ਕਈ ਥਾਂ ਗੁਰਬਾਣੀ ਦੇ ਵਿੱਚ ਪਰਮਾਤਮਾ ਨੂੰ ਪਿਆਰ ਦੇ ਵਿੱਚ ਖਸਮ ਪ੍ਰੋਵਾਈਡਡ ਪਿਆਰ ਹੋਵੇ ਸਹੀ ਹਾਂ ਹੁਣ ਨਹੀਂ ਪਿਆਰ ਮਤਲਬ ਉਹ ਉਹ ਜਿਹੜਾ ਪਿਆਰ ਆ ਤੁਹਾਡਾ ਨਾ ਉਹ ਪਿਆਰ ਮੁੰਡੇ ਕੁੜੀ ਦਾ ਉਹਨਾਂ ਬੱਚਿਆਂ ਦਾ ਪਿਆਰ ਜਿਹੜਾ ਕਾਮ ਵਾਸਨਾ ਤੇ ਆਧਾਰਿਤ ਨਹੀਂ ਹੋਣਾ ਚਾਹੀਦਾ। ਜੇ ਉਹਨਾਂ ਨੇ ਕਰਨਾ ਚਾਹੀਦਾ ਉਹ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝ ਕੇ ਉਹਨਾਂ ਦੀ ਕਦਰ ਕਰਨ, ਉਹਨਾਂ ਨੂੰ ਜਾਣਨ, ਤਹਿ ਤੱਕ ਜਾਣਨ ਉਹਨਾਂ ਨੂੰ ਕਿ ਮੇਰੇ ਕਾਬਲ ਵੀ ਹੈਗਾ। ਜ਼ਿਆਦਾਤਰ ਕੀ ਹੁੰਦਾ ਹੈ ਕਿ ਇਹ ਜਿਹੜਾ ਬੱਚਿਆਂ ਦੇ ਵਿੱਚ ਜਿਹੜਾ ਹੁਣ ਟ੍ਰੈਂਡ ਚੱਲਿਆ ਉਹਨਾਂ ਦੇ ਵਿੱਚ ਉਹ ਫਟਾਫਟ ਉਹਨਾਂ ਦੇ ਕਾਮ ਵਾਸਨਾ ਦੇ ਅਧੀਨ ਹੋ ਕੇ ਉਹ ਫਟਾਫਟ ਡਿਸੀਜ਼ਨ ਲੈ ਲੈਂਦੇ ਨੇ, ਭੱਜ ਜਾਂਦੇ ਨੇ। ਹੁਣ ਕੋਰਟਾਂ ਨੇ ਵੀ ਰਾਹ ਖੋਲ੍ਹ ਦਿੱਤੇ ਕਿ ਠੀਕ ਹੈ ਮਤਲਬ ਤੁਸੀਂ ਜੇ ਨਾਬਾਲਗ ਤਾਂ ਤੁਸੀਂ ਆਓ, ਮਤਲਬ ਅਸੀਂ ਤੁਹਾਨੂੰ ਪ੍ਰੋਟੈਕਸ਼ਨ ਦਿੰਦੇ ਹਾਂ। ਇਹ ਚੀਜ਼ਾਂ ਹੈਗੀਆਂ ਨੇ, ਖੈਰ ਇਹ ਚੀਜ਼ਾਂ ਮਾੜੀਆਂ ਵੀ ਨਹੀਂ ਪਰ ਕਾਮ ਵਾਸਨਾ ਨੂੰ ਜੇਕਰ ਬੇਸ ਬਣਾ ਕੇ ਉਹ ਇਸ ਸਟੈਪ ਫਿਰ ਜਿਹੜਾ ਇਨੀਸ਼ੀਅਲ ਸਟੇਜ ਤੇ ਉਹ ਜਿਹੜਾ ਖਤਮ ਹੋਣਾ ਹੀ ਹੋਣਾ, ਇਹ ਸਾਰੇ ਝਗੜੇ ਹੋਣੇ ਹੀ ਹੋਣੇ ਨੇ ਇਹਦੇ ਵਿੱਚ। ਅਸੀਂ ਕਿਉਂਕਿ ਜਿਹੜੀ ਟੀਨ ਏਜ ਤੱਕ ਜੇ ਅਸੀਂ ਕਹਿ ਦਈਏ 24-25 ਤੱਕ ਇਹ ਇੱਕ ਬੜੀ ਜੋਸ਼ੀਲੀ ਏਜ ਹੁੰਦੀ ਆ ਤੇ ਇਹਦੇ ਵਿੱਚ ਉਹ ਸਹੀ ਫੈਸਲੇ ਨਹੀਂ ਲੈ ਸਕਦੇ। ਠੀਕ ਹੈ ਜੀ। ਅਸੀਂ ਉਹਨਾਂ ਦਾ ਬੇਸ ਹੀ ਮਾਂ ਬਾਪ ਨੂੰ ਬਣਾਉਣਾ ਪਏਗਾ ਸ਼ੁਰੂ ਤੋਂ ਕਿ ਹੁਣ ਘਰ ਦੇ ਵਿੱਚ ਅਸੀਂ ਵੀ ਤਾਂ ਹੁਣ ਪਲੇ ਹੀ ਆ, ਘਰ ਦੇ ਵਿੱਚ ਧਾਰਮਿਕ ਮਾਹੌਲ ਮਿਲਿਆ ਹਨਾ, ਹੁਣ ਤੁਹਾਡੇ ਸਾਹਮਣੇ ਬੈਠੇ ਗਾਈਡੈਂਸ ਗਾਈਡ ਕਰਦੇ ਨੇ। ਜੇ ਹੁਣ ਅਸੀਂ ਇਹ ਤਾਂ ਕਹਿ ਨਹੀਂ ਸਕਦੇ ਵੀ ਸਾਰੇ ਮਾਂ ਬਾਪ ਹੀ ਇੰਨੇ ਪੜ੍ਹੇ ਲਿਖੇ ਹੋਣਗੇ ਕਿ ਬੱਚੇ ਹਾਂਜੀ ਵੀ ਉਹ ਆਪਣੇ ਬੱਚਿਆਂ ਨੂੰ ਗਾਈਡ ਕਰ ਸਕਦੇ ਨੇ ਇਸ ਚੀਜ਼ ਬਾਰੇ ਅਵੇਅਰ ਕਰ ਸਕਦੇ ਨੇ। ਨਹੀਂ ਸਾਨੂੰ ਸਕੂਲਾਂ ਦੇ ਵਿੱਚ ਕਿਉਂਕਿ ਹੁਣ ਅਸੀਂ ਛੋਟੇ ਬੱਚੇ ਨੂੰ ਜਿਹੜਾ ਨਰਸਰੀ ਤੋਂ ਪਾ ਦਿੰਦੇ ਹਾਂ, ਬੱਚੇ ਨੂੰ 2-3 ਸਾਲ ਦੇ ਬੱਚੇ ਨੂੰ ਨਰਸਰੀ 'ਚ ਪਾ ਦਿੰਦੇ ਹਾਂ। ਚਲੋ ਇਹ ਵੀ ਛੱਡੋ ਤੁਸੀਂ ਜਿਹੜੇ ਹੁਣ ਪਿੰਡਾਂ ਦੇ ਵਿੱਚ ਹੈਗੇ ਨੇ ਪ੍ਰਾਇਮਰੀ ਐਜੂਕੇਸ਼ਨ, ਜਿਹੜੀ ਪ੍ਰਾਇਮਰੀ ਸਕੂਲ ਦੇ ਵਿੱਚ ਅਸੀਂ 4-5-7 ਸਾਲ ਦਾ ਬੱਚਾ ਹੁੰਦਾ, 6-7 ਸਾਲ ਦਾ ਬੱਚਾ, ਉਦੋਂ ਤੋਂ ਹੀ ਜੇਕਰ ਉਹਨਾਂ ਨੂੰ ਸ਼ੁਰੂ ਕਰ ਦਿੱਤੀ ਜਾਵੇ। ਮੈਂ ਇੱਥੇ ਇੱਕ ਹੋਰ ਗੱਲ ਕਹਿਣਾ ਚਾਹਾਂਗੀ, ਇੱਕ ਤਾਂ ਇਹ ਤੇ ਇੱਕ ਉਹ ਜਿਹੜੀ ਹੈਗੀ ਤਕਨੀਕੀ ਸਿੱਖਿਆ, ਇੱਕ ਇਹ ਜਿਹੜੀ ਸੈਕਸੁਅਲ ਐਜੂਕੇਸ਼ਨ ਆ ਇੱਕ ਤਕਨੀਕੀ ਜਿਹੜੀ ਸਿੱਖਿਆ, ਇਹ ਦੋਨੋਂ ਚੀਜ਼ਾਂ ਜੇਕਰ ਸ਼ੁਰੂ ਕਰ ਦਿੱਤੀਆਂ ਜਾਣ ਸਕੂਲਾਂ ਦੇ ਵਿੱਚ ਸ਼ੁਰੂ ਤੋਂ ਹੀ, ਜਦੋਂ ਬੱਚਾ ਸਕੂਲ ਦੇ ਵਿੱਚ ਦਾਖਲ ਹੁੰਦਾ ਉਹਦੇ ਤੋਂ, ਤੇ ਫਿਰ ਉਹ ਉਹਨੂੰ ਆਪਣਾ ਕਿੱਤਾ ਜਿਹੜਾ ਉਹਦੇ ਪ੍ਰਤੀ ਵੀ ਲਗਾਅ ਹੋ ਜਾਊਗਾ ਕਿਉਂਕਿ ਹਰੇਕ ਦੇ ਅੰਦਰ ਇੱਕ ਪ੍ਰਤਿਭਾ ਛੁਪੀ ਹੁੰਦੀ ਹੈ ਹਰੇਕ ਬੱਚੇ ਦੇ ਅੰਦਰ, ਤੇ ਜੇਕਰ ਉਹਨੂੰ ਮੌਕਾ ਮਿਲੇ ਤਾਂ ਕੱਢ ਲੈਂਦਾ। ਜ਼ਰੂਰੀ ਨਹੀਂ ਕਿ ਸਾਰੇ ਬੱਚੇ ਇੰਜੀਨੀਅਰ ਹੀ, ਪ੍ਰੋਬਲਮ ਇੱਥੇ ਵੀ ਕ੍ਰੀਏਟ ਹੁੰਦੀ ਆ। ਮਾਂ ਬਾਪ ਚਾਹੁੰਦੇ ਵੀ ਡਾਕਟਰ ਇੰਜੀਨੀਅਰ ਬਣ, ਪਰ ਬੱਚਾ ਕੋਈ ਮਿਊਜ਼ੀਸ਼ੀਅਨ ਬਣਨਾ ਚਾਹੁੰਦਾ ਹੈ, ਕੋਈ ਆਰਟਿਸਟ ਬਣਨਾ ਚਾਹੁੰਦਾ ਹੈ। ਠੀਕ ਹੈ, ਜਦੋਂ ਇਹ ਦੋਨੋਂ ਸਿੱਖਿਆਵਾਂ ਜਿਹੜੀਆਂ ਬਰਾਬਰ ਚੱਲਣਗੀਆਂ ਉੱਥੇ ਸਕੂਲ ਦੇ ਵਿੱਚ, ਤੇ ਫਿਰ ਜਿਹੜੀ ਆ ਗੱਲ ਰਹਿ ਗਈ ਹੈਗੀ ਸਾਡੀ ਕਿ ਵੀ ਆ ਬੱਚੇ ਕਾਮ ਵਾਸਨਾ ਦੇ ਅਧੀਨ ਹੋ ਕੇ ਭੱਜ ਜਾਂਦੇ ਨੇ ਘਰਾਂ ਤੋਂ, ਇਹ ਖਤਮ ਹੋ ਜਾਣਗੇ ਕਿਉਂਕਿ ਉਹਦਾ ਜਿਹੜਾ ਜਿਹੜਾ ਉਹਨੂੰ ਮਿਲਣਾ ਚਾਹੀਦਾ ਸੀ, ਉਹਦੇ ਰੂਹ ਦੀ ਖੁਰਾਕ, ਉਹਦਾ ਉਹਨੇ ਜਿਹੜਾ ਕਿੱਤਾ ਚੁਣਨਾ ਸੀਗਾ ਉਹਨੂੰ ਸ਼ੁਰੂ ਤੋਂ ਹੀ ਟਾਈਮ ਉਧਰ ਬੀਜੀ ਹੋ ਟਾਈਮ ਉਧਰ ਬੀਜੀ ਹੋ ਜਾਏ। ਥੈਂਕ ਯੂ ਵੈਰੀ ਮੱਚ, ਬਹੁਤ ਸੋਹਣਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਮੈਨੂੰ ਉਮੀਦ ਆ ਜਿਹੜੇ ਸਾਡੇ ਸਮਾਜ ਦੇ ਲੋਕ ਇਹ ਪ੍ਰੋਗਰਾਮ ਸਾਡਾ ਦੇਖ ਰਹੇ ਜ਼ਰੂਰ ਫਾਇਦਾ ਉਠਾਉਣਗੇ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ।